ਕਹਿੰਦੀ ਨਿਕਲੀ ਨਾਰ ਛੱਪੜ ਚੋਂ ਨਹਾ ਕੇ ਛੜਿਓ ਮਰ ਜਾਓ ਪੂਛ ਤੜਾ ਕੇ ਹੱਥੋਂ ਨਿਕਲ ਸ਼ਿਕਾਰ ਗਿਆ ਸਿਖਰ ਦੁਪਹਿਰੇ ਹੁਸਨ ਦਿਲਾਂ ਤੇ ਡਾਕਾ ਮਾਰ ਗਿਆ। ਉਹ ਕੀ ਕਹਿੰਦਾ, ਕਹਿੰਦਾ ਯਾਰੋ ਨਾਰ ਪਟੋਲੇ ਵਰ ਗਈ ਉਹ ਮੇਰੀ ਛਾਤੀ ਤੇ ਪੱਬ ਤਰ ਗਈ, ਦਰਸ਼ਨ ਦੇ ਕੇ ਕੁੰਡਾ ਕਰ ਗਈ, ਜਰਿਆ ਜਾਂਦਾ ਨਹੀਂ, ਮਰ ਜਾਂਦੇ ਸੌ ਵਾਰੀ ਪਰ ਹੁਣ ਮਰਿਆ ਜਾਂਦਾ ਨਹੀਂ। ਸੋਹਣੀ ਮੇਲਣੇ ਨੱਚਣ ਵਾਲੀ ਹੈ, ਸੋਹਣੀ ਮੇਲਣੇ ਨੱਚਣ ਵਾਲੀ ਹੈ, ਗਿੱਧਾ ਗਿੱਧਾ ਕਰਦੀ ਮੇਲਣੇ ਗਿੱਧਾ ਪਊ ਬਥੇਰਾ, ਸਾਰੇ ਪਿੰਡ ਦੇ ਮੁੰਡੇ ਆਮਣ ਲਾ ਬੁੱਢੇ ਜੇ ਤੋਂ ਠੇਰਾ, ਅੱਖ ਪੱਟ ਕੇ ਦੇਖ ਮੇਲਣੇ ਲੱਦਿਆ ਪਿਆ ਬਨੇਰਾ, ਨੀ ਸਬਜ ਕਬੂਤਰੀਏ ਦੇ ਦੇ ਸ਼ੌਂਕ ਦਾ ਗੇੜਾ, ਗੱਲ ਪੀਤੀ ਜੀ ਤੈਨੂੰ ਕੁਝ ਕਹਿ ਗਿਆ ਨੀ ਮੇਰੀਏ ਹਾਨਣੇ, ਗੱਲ ਪੀਤੀ ਚ ਤੈਨੂੰ ਕੁਝ ਕਹਿ ਗਿਆ ਦੇ ਕੇ ਅੱਖਾਂ ਚ ਕਸੁਨ ਰੋਣ ਬਹਿ ਗਿਆ, ਦੇਖ ਸੱਖਣਾ ਚ ਵਾਰਾ ਤਾਹਾਂ ਮਾਰਦਾ ਵਿਚਾਰਾ, ਹੁਣ ਬਸ ਨਾ ਰਿਹਾ ਨੀ ਮੇਰੇ ਛੱਡ ਕੇ ਚਵਾਰਾ ਜੱਟ ਦਾ, ਜਾਣ ਲੱਗ ਪੀ ਸਾ ਦੇ ਡੇਰੇ। ਕਹਿੰਦਾ ਬੇਪ੍ਰਭਾਹ ਬੇਅੰਤ ਹੈ ਹੱਡ ਪਾਣੀਓ ਘੜਦਾ, ਰੰਗ ਰੰਗ ਦੀਆਂ ਸੂਰਤਾਂ ਮੇਰਾ ਮਾਲਕ ਪੈਦਾ ਕਰਦਾ, ਹਾਥੀ ਕੀੜੀ ਬੱਕਰੀ ਰੂਪ ਸਭ 'ਚ ਭਰਦਾ, ਜੋੜਾ ਬਣਾ ਕੇ ਭੇਜਦਾ ਕੁੱਲ ਮਦੀਨ ਅਤੇ ਨਰਦਾ, ਸਿਫਤ ਕਰਮ ਉਸ ਰੱਬ ਦਾ ਕੁੱਲ ਦੁਨੀਆਂ ਦਾ ਸਾਈਂ, ਉਹਨੇ ਇੱਕ ਪਾਣੀ ਦੀ ਬੂੰਦ 'ਤੇ ਸੂਰਤ ਸਾਜ ਬਣਾਈ, ਨਰ ਮਦੀਨ ਦੋ ਖੂਬਸੂਰਤਾਂ ਘੜੀਆਂ ਨਾਲ ਸਫਾਈ, ਅੱਗ ਪਾਣੀ ਮਿੱਟੀ ਹਵਾ ਦੀ ਗੱਡੀ ਜੋੜ ਚਲਾਈ, ਵਿੱਚ ਗੁਰ ਭੇਜਿਆ ਅਕਲ ਦਾ ਹੱਥੀ ਮੋਹਰ ਲਗਾਈ, ਗੁਰ ਕੱਢੇ ਪ੍ਰਵਾਨੇ ਗੈਬ ਦੇ ਗੁਰਦਾ ਪੇਤ ਲਾਹੀ, ਇਹ ਕੰਨ ਦੇ ਸਾਗ ਬਲੂਪੀਆਂ ਨੂੰ ਝੂਠੀ ਸ਼ਕਲ ਬਣਾਈ, ਉਹ ਬਾਜ ਗੁਰਾਂ ਨੀ ਫੈਸਲੇ ਗੁਜਰਾ ਮੇ ਝਗੜੇ ਕਰੇ ਲਗਾਈ, ਫਿਰ ਗੁਰਬਿਨ ਗਾਤਨੀ ਸ਼ਾਹ ਬਿਨ ਪਤਨੀ, ਗੁਰਬਿਨ ਗਾਤਨੀ ਸ਼ਾਹ ਬਿਨ ਪਤਨੀ, 14 ਬਲੈਤਾਂ ਪਾਸ ਕਰ ਲਾ, ਜਦ ਤੱਕ ਪੀਰ ਪੇਸ਼ਵਾ ਮਿਲ ਨਹੀਂ ਜਾਂਦਾ ਮੰਜ਼ਿਲੇ ਮਕਸੂਦ ਤੇ ਬੰਦਾ ਪਹੁੰਚ ਨਹੀਂ ਸਕਦਾ। ਇੱਕ ਕਹਿੰਦਾ ਭਰੇ ਮੌਲਵੀ ਇਲਮ ਦੇ ਮਸਲੇ ਸ਼ਰ੍ਹਾਂ ਦੇ ਕਰਦੇ, ਇੱਕ ਬੈਠਿਆ ਵਿੱਚ ਹੁਜਰਿਆਂ ਹੱਥ ਵਿੱਚ ਤਸਵੀ ਫੜਦੇ, ਇੱਕ ਜੰਗਲੀ ਧੂੰਆਂ ਧਾਂਪਦੇ ਪਿੰਡੇ ਨਾ ਲੱਗਣੀ ਦੇ ਸੜਦੇ, ਇਹ ਗੁੰਮਸ ਬੈਠੇ ਜੰਗਲੀ ਉਹ ਗੱਲ ਨਹੀਂ ਕਿਸੇ ਨਾਲ ਕਰਦੇ, ਇੱਕ ਮੀਰ ਮਿਰਗ ਸ਼ਿਕਾਰੀ ਲਾ ਕੇ ਬਾਂਧਕਾਂ ਫੜਦੇ, ਇੱਕ ਗੋਤੇ ਖਾਂਦੇ ਸਿਦਕ ਦੇ ਉਹ ਬੱਕ ਵਡੂੰਗੇ ਸਰ ਗਏ, ਉਹ ਜਿਹਨੂੰ ਗੁਰ ਸ਼ਿਗਲੀ ਗਰ ਮਿਲ ਗਿਆ, ਉਹ ਪਹੁੰਚਿਆ ਦੁਆਰੇ ਹਰਦੇ ਜੱਟਾ, ਗੁਰ ਤੋੜੇ ਜਿੰਦੇ ਕੁਫਰ ਦੇ ਖੋਲੇ ਮਗਜ਼ ਦੇ ਪੜਦੇ, ਬਾਜ ਗੁਰਾਂ ਫੈਸਲੇ ਗਏ ਦੁਨੀਆਂ ਖਪਕਾ ਮਰ ਗਏ। ਬਹੁਤ ਖੂਬ ਜੀ, ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਆ ਜੀ, ਚੱਕ ਨੰਬਰ 492 ਵਿੱਚ, ਇੱਥੇ ਸਾਡੀ ਮੁਲਾਕਾਤ ਹੈ ਜਿਹਨਾਂ ਬਜ਼ੁਰਗਾਂ ਦੇ ਨਾਲ ਹੈ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਵਾਂ, ਪਿੰਡ ਗੁਜਰਾਲ ਦੇ ਵਿੱਚ ਉੱਠ ਕੇ ਆਏ ਆ, ਔਰ ਖਾਸ ਗੱਲ ਇਹ ਆ ਜੀ ਕਿ 3 ਦਫ਼ਾ ਇੰਡੀਆ ਦਾ ਟੂਰ ਵੀ ਕਰਕੇ ਆਏ ਆ, ਅੱਜ ਸਾਰੀਆਂ ਗੱਲਾਂ ਬਾਤਾਂ ਇਹਨਾਂ ਕੋਲੋਂ ਪੁੱਛਦੇ ਹਾਂ ਕਿ ਜੀ ਉਜਾੜਾ ਟਾਈਮ ਇਹ ਕਿਸ ਤਰ੍ਹਾਂ ਉੱਠ ਕੇ ਆਏ ਸੀ, ਉਸ ਤੋਂ ਬਾਅਦ ਜਦੋਂ 3 ਦਫ਼ਾ ਇੰਡੀਆ ਜਾ ਕੇ ਫਿਰ ਇਹਨਾਂ ਦੇ ਕੀ ਤਜਰਬਾਤ ਰਹੇ ਆ, ਇਹਨਾਂ ਨਾਲ ਕਿਸ ਤਰ੍ਹਾਂ ਰਿਸਪੋਂਸ ਕੀਤਾ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ, ਇਹ ਸਾਰੀਆਂ ਗੱਲਾਂ ਬਾਤਾਂ ਅੱਜ ਇਹਨਾਂ ਕੋਲੋਂ ਪੁੱਛਦੇ ਜੀ। ਅਸਲਾਮ ਵਾਲੇਕਮ ਬਾਬਾ ਜੀ। ਵਾਲੇਕਮ ਸਲਾਮ ਵਰਹਮਤੁੱਲਾ ਬਰਕਾਤਹੂ। ਬਾਬਾ ਜੀ ਆਪਣਾ ਨਾਂ ਦੱਸੋ ਪਹਿਲੇ ਕੀ ਆ? ਮੁਹੰਮਦ ਸਦੀਕ ਬਲਦ ਨਿਆਮਤ ਅਲੀ। ਅੱਛਾ, ਬਾਪ ਦਾ ਨਾਂ। ਤੋਂ ਉਜਾੜਾ ਪਿਆ ਉਦੋਂ ਤੁਹਾਡੀ ਉਮਰ ਕਿੰਨੀ ਸੀ? ਮੇਰੀ ਉਮਰ 8 ਸਾਲ। 8 ਸਾਲ ਸੀ ਜੀ, ਹਾਂ। ਤੇ ਆਪਣੇ ਪਿੰਡ ਦੇ ਬਾਰੇ ਪੂਰਾ ਦੱਸੋ। ਪਿੰਡ ਸਾਡਾ ਗੁਜਰਵਾਲ। ਅੱਛਾ। ਤਹਿਸੀਲ ਜਗਰਾਵਾਂ, ਜ਼ਿਲ੍ਹਾ ਲੁਧਿਆਣਾ। ਅੱਛਾ। ਹਾਂਜੀ, ਇਹ ਸਾਡਾ ਡਾਕਖਾਨਾ ਖਾਸ। ਡਾਕਖਾਨਾ ਖਾਸ। ਪਿੰਡ ਸਾਡਾ ਸ਼ਹਿਰ ਵਰਗਾ ਸੀ ਗੁਜਰਾਲ। ਅੱਛਾ। ਛੋਟੇ ਕਸਬੇ ਵਰਗਾ। ਅੱਛਾ। ਹਾਂਜੀ। ਉਹ ਕਿੱਦਾਂ? ਉੱਥੇ ਦੁਕਾਨਾਂ ਜਾਣੀ ਜ਼ਿਆਦਾ ਸੀਗੀਆਂ, ਮਤਲਬ ਉਸ ਜ਼ਮਾਨੇ ਦੇ ਲਿਹਾਜ਼ ਨਾਲ ਸ਼ਹਿਰ ਹੀ ਵੱਜਦਾ ਸੀ, ਛੋਟਾ ਜਿਹਾ, ਜਿਵੇਂ ਆਪਾਂ ਕਸਬਾ ਕਹਿ ਲਓ, ਮਾਮੂ ਕਾਂਜਣ ਜਾਂ ਕਿਸੇ ਜ਼ਮਾਨੇ ਛੋਟਾ ਜਿਹਾ ਹੁੰਦਾ ਸੀ। ਆਪਣੇ ਪਿੰਡ ਦੇ ਆਲੇ ਦੁਆਲੇ ਕਿਹੜੇ ਪਿੰਡ ਸੀਗੇ? ਆਪਣੇ ਪਿੰਡ ਦੇ ਆਲੇ ਦੁਆਲੇ ਜਨਾਬ ਰੋਡੀ ਆਲ, ਆਪਣਾ ਇਹ ਕਾਸੀ, ਅਤੇ ਇੱਦਾਂ ਦੇ ਜਿਹੜੇ ਪਿੰਡ ਆ ਨਾ, ਮਤਲਬ ਮੈਂ ਸਾਰਿਆਂ ਦੇ ਯਾਦ ਨਹੀਂ, ਨਾ ਮੈਂ ਕੂੜ ਮਾਰਾਂ ਪਿੰਡਾਂ ਦੇ ਨਾਂ ਨਹੀਂ ਯਾਦ, ਕਿਉਂਕਿ ਦੁਬਾਰਾ ਮੈਂ ਗਿਆ ਤਾਂ ਇੱਕੋ ਵਾਰੀ ਪਿੰਡ ਗਿਆ, ਮੁੜ ਕੇ ਮੈਂ ਪਿੰਡ ਵੀ ਨਹੀਂ ਗਿਆ, ਕਿਉਂਕਿ ਉੱਥੇ ਸਾਡਾ ਹੈ ਹੀ ਕੁਛ ਨਹੀਂ ਲੁਧਿਆਣੇ 'ਚ, ਮਰੇਲ ਕੋਟਲੀ ਅਸੀਂ ਗਏ ਹਾਂ ਜਿੰਨੀ ਵਾਰੀ ਗਏ ਹਾਂ, ਵੈਸੇ ਸਿਰਫ ਪਿੰਡ ਇੱਕ ਵਾਰੀ ਦੇਖਣ ਮੈਂ ਗਿਆ ਆਪਦਾ, ਉਹ ਯਾਦਦਾਸ਼ਤ ਮੈਨੂੰ ਹੈਗੀ ਕਿ ਸਾਡੇ ਉੱਥੇ ਕਾਲੀ ਸੀ ਵਾਕਬ, ਸਾਡੇ ਵੱਡਿਆਂ ਦੇ, ਉਹਨਾਂ ਨੇ ਮੈਨੂੰ ਇੱਕ ਤਰ੍ਹਾਂ ਇੱਦਾਂ ਸਿਆਣਿਆ ਜਿੱਦਾਂ ਹੁਣ ਤੁਸੀਂ ਆਏ ਬੈਠੇ ਹੋ ਨਾ ਪਤਾ ਕਰਨ, ਅਤੇ ਉਹ ਜਿਹੜਾ ਕਾਲੀ ਸੀ ਨਾ, ਉਹ ਮਤਲਬ ਮੈਨੂੰ ਮਿਲਿਆ ਉਹਨੇ ਜੱਫੀ ਪਾ ਕੇ ਨੇ ਮੈਨੂੰ ਮਿਲ ਕੇ, ਅਤੇ ਆਪਣੇ ਬਾਪੂ ਨੂੰ ਕਹਿੰਦਾ ਵੀ ਬਾਪੂ ਆਹ ਦੇਖ ਕੌਣ, ਉਹਨੇ ਕਿਹਾ ਇਹ ਕਾਲੂ ਦਾ ਮੁੰਡਾ, ਫਿਰ ਫਤਾ ਬਦਲ ਗਿਆ, ਕਹਿੰਦਾ ਨਹੀਂ ਨਹੀਂ ਕਾਲੂ ਦਾ ਨਹੀਂ ਹੈ, ਇਹ ਨਿਆਮਨ ਦਾ ਮੁੰਡਾ ਜਿਹੜਾ ਛੋਟਾ ਜਿਹਾ ਇੱਥੇ ਖੇਡਦਾ ਗਿਆ,
ਇੰਨੀ ਯਾਦ ਦੱਸ ਉਸ ਬੰਦੇ ਦੀ ਮੈਂ ਦੇਖੀ ਅਖੀਰ ਹੋ ਗਈ। ਉਹਦਾ ਨਾਂ ਕੀ ਸੀ ਜਿਹਨੇ ਜਾ ਤੁਹਾਨੂੰ ਪਛਾਣਿਆ? ਕਾਲੀ ਕਹਿੰਦੇ ਸੀ ਜੀ, ਮੈਂ ਨਾਵਾਂ ਦਾ ਵਾਕਫ ਨਹੀਂ। ਕਾਲੀ ਕਿਹਾ ਜਾਂਦਾ, ਦੂਸਰਾ ਜਿਹੜਾ ਸੀ ਉਹਦਾ ਪੁੱਤ, ਉਹ ਇਸ ਵੇਲੇ ਜਿਵੇਂ ਆਪਣੇ ਕਹਿ ਲਾ ਵੀ ਇੱਥੇ ਕੋਈ ਸਰਦਾਰ ਮੌਲਵੀ ਹੁੰਦਾ, ਉਹ ਗੁਰਦੁਆਰਿਆਂ ਦਾ ਸਰਦਾਰ ਸੀ। ਉਸ ਬੰਦੇ ਨੇ ਫਿਰ ਮੇਰੇ ਨਾਲ ਤੁਆਮਣ ਕੀਤਾ ਜਿੰਨਾ ਵੀ ਹੋ ਸਕਿਆ ਵੀ ਉਹ ਸਾਡੀ ਬੱਕਰੀ ਦਾ ਦੁੱਧ ਨਾ ਪਲਿਆ ਬਚਪਨ 'ਚ। ਉਹਨਾਂ ਦੇ ਹੈ ਨਹੀਂ ਸੀ, ਸਾਡੇ ਮਾਲ ਰੱਖਦੇ ਸੀ, ਬੱਕਰੀ ਦੇਤੀ ਸਾਡੇ ਪਿਓ ਨੇ, ਉਹ ਪੀੜ੍ਹੀ ਡਾਹ ਦੇਣੀ, ਪੀੜ੍ਹੀ ਦੇ ਉੱਤੇ ਆ ਕੇ ਬੱਕਰੀ ਨੇ ਖੜੀ ਹੋ ਜਾਣਾ ਅਤੇ ਦੁੱਧ ਚੁੰਘਣਾ ਪੜਿਆ ਜਾਣੀ। ਉਹ ਬੰਦੇ ਨੇ ਫਿਰ ਮੇਰੇ ਨਾਲ ਤੁਆਮਣ ਕੀਤਾ ਜਿਹੜਾ, ਛੱਡ ਗੱਲਾਂ ਦੇ। ਹਾਂ ਦੱਸੋ ਤਾਂ ਕਿੱਦਾਂ ਦੇ ਤਾਵਨ ਕੀਤਾ? ਤਾਵਨ ਮੇਰੇ ਨਾਲ ਇਹ ਕੀਤਾ ਵੀ ਮੈਨੂੰ ਉਹਨੇ ਇੱਕ ਚਿੱਠੀ ਲਿਖਤੀ, ਅਸੀਂ ਸਾਬਰ ਪੀਆ ਪੁਰਾਣ ਕਲੀਅਰ ਗਏ, ਉੱਥੇ ਮੈਨੂੰ ਸੀਡੀ ਵਾਲਿਆਂ ਨੇ ਪੁੱਛਿਆ ਵੀ ਹਾਂ ਵੀ ਤੂੰ ਕਿੱਦਾਂ ਇੱਥੇ ਫਿਰਦਾ, ਤੇਰਾ ਵੀਜ਼ਾ ਤਾਂ ਹੈਗਾ ਲੁਧਿਆਣੇ ਆਪਣੇ ਅਮਰੇਲਕੋਟਲੇ ਦਾ ਅਤੇ ਰੋਡੀ ਵਾਲ ਦਾ, ਤੂੰ ਇੱਥੇ ਤੁਰਿਆ ਫਿਰਦਾ। ਮੈਂ ਉਹ ਰੁਕਾ ਕੱਢ ਕੇ ਉਹਨੂੰ ਫੜਾਇਆ ਔਰ ਫੌਰਨੀ ਤੌਰ ਉਹ ਪੁਲਿਸ ਵਾਲਾ ਬੰਦਾ ਮੇਰੇ ਪੈਰੀ ਡਿੱਗ ਗਿਆ ਅਤੇ ਮੈਨੂੰ ਮਾਫ਼ ਕਰ ਦੇ, ਜਿਹਦਾ ਤੂੰ ਭਾਈ ਆ ਨਾ ਉਹ ਸਾਡਾ ਸਰਦਾਰ। ਯਾਨੀ ਇੰਨਾ ਉਹਦਾ ਇਹਤਰਾਮ ਦੀ ਵੈਲੀ ਹੈ ਉਸ ਬੰਦੇ ਦੀ। ਹਾਂਜੀ, ਲੇਕਿਨ ਇਹ ਚੀਜ਼ਾਂ ਨੇ ਉੱਥੇ ਭਾਈ ਪਿਆਰ ਬੜਾ, ਖਾਸ ਕਰਕੇ ਪੰਜਾਬ 'ਚ। ਹਾਂਜੀ, ਜਾਂ ਦਿੱਲੀ ਜਾਂ ਪੰਜਾਬ ਜਾਂ ਪੁਰਾਣ ਕਲੀਅਰ, ਜਿੱਥੇ ਮੁਸਲਮਾਨਾਂ ਦਾ ਜ਼ੋਰ ਆ ਉੱਥੇ ਬਹੁਤ ਪਿਆਰ ਕਰਦੇ ਆ ਲੋਕ। ਯਾਨੀ ਸਿੱਖ ਲੋਕ ਤਾਂ ਸਾਡੀ ਬਹੁਤੀ ਆਗਿਆ ਪੈਲਾ ਕਰਦੇ ਆ ਨਾ, ਮੈਂ ਜਾਣੀ ਕਿ ਬੜੇ ਮੁਹੱਬਤ ਨਾਲ ਪਿਆਰ ਨਾਲ ਮਿਲਦੇ ਆ। ਹਾਂਜੀ, ਅਤੇ ਦੂਸਰਿਆਂ ਨੇ ਤਾਂ ਫਿਰ ਤੁਹਾਨੂੰ ਪਤਾ ਸਾਡੇ ਖਿਲਾਫ਼। ਤੁਸੀਂ ਅਜਾੜੇ ਦਾ, ਅਜਾੜੇ ਤੋਂ ਪਹਿਲੇ ਦੱਸੋ ਵੀ ਜਦੋਂ ਉੱਥੇ ਅਜਾੜੇ ਤੋਂ ਪਹਿਲੇ ਦਾ ਰਹਿੰਦੇ ਹੁੰਦੇ ਸੀਗੇ, ਉਹ ਗੱਲਾਂ ਬਾਤਾਂ ਯਾਦ ਆਉਂਦੀਆਂ? ਮੈਨੂੰ ਜੀ ਇੰਨੀ ਕੁ ਯਾਦ ਆ, ਬਾਕੀ ਦੀਆਂ ਗੱਲਾਂ ਤਾਂ ਕੋਈ ਨਹੀਂ ਯਾਦ। ਵੀ ਮੈਂ 6 ਸਾਲ ਦਾ ਸੀ, ਦੁੱਧ ਚੁੰਘਦਾ ਸੀ ਆਪਣੀ ਮਾਂ ਦਾ, ਔਰ ਬਾਹਰੋਂ ਆਉਣਾ ਦੁੱਧ ਚੁੰਘ ਕੇ ਬਾਹਰ ਗਲੀ ਜਾਣਾ, ਇੰਨੀ ਕੁ ਮੈਨੂੰ ਹੋਸ਼ ਆ। ਬਾਕੀ ਉੱਜੜ ਕੇ ਜਿਸ ਵੇਲੇ ਆਏ ਹਾਂ ਨਾ, ਤੁਰ ਕੇ ਆਏ ਹਾਂ, ਕਦੇ ਚੱਕ ਲਿਆ ਭਰਾਵਾਂ ਨੇ, ਦੋ ਭਰਾ ਸੀਗੇ, ਦੋ ਸਿੱਖਾਂ ਨੇ ਮਾਰਤੇ ਉੱਥੇ, ਬਾਪ ਵੀ ਸਿੱਖਾਂ ਨੇ ਮਾਰਤਾ ਉੱਥੇ ਅਤੇ ਦੋ ਭਰਾ ਵੀ ਸਿੱਖਾਂ ਨੇ ਮਾਰੇ। ਸਾਨੂੰ ਰਾਤ ਦੇ ਟਾਈਮ ਗੁਜਰਾਲੋਂ ਕੱਢਿਆ, ਰਾਤੋਂ ਰਾਤ ਜਿਹੜੇ ਸਾਡੇ ਸਿੱਖ ਹਮਾਇਤੀ ਸੀ ਉਹਨਾਂ ਨੇ ਸਾਨੂੰ ਜਨਾਬ ਮਰੇਲਕੋਟਲੇ ਪਹੁੰਚਾਇਆ, ਉਹ ਗੱਲ ਮੈਨੂੰ ਯਾਦ ਆ। ਫਿਰ ਸਾਡਾ ਕਾਫਲਾ ਬਣਿਆ, ਅਸੀਂ ਫਿਰ ਆ ਜਿਹੜੀ ਨੀ ਗੰਡਾ ਸਿਆਂ ਵਾਲੀ ਹੈਡ ਇੱਧਰ ਦੀ ਕਸੂਰ ਆਏ। ਜਿਹੜੇ ਤੁਹਾਡੇ ਵਾਲਦ ਸਾਹਿਬ ਔਰ ਤੁਹਾਡੇ ਭਾਈ ਸ਼ਹੀਦ ਕੀਤੇ, ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏ? ਨਹੀਂ, ਇੱਕ ਬੰਦੇ ਨੇ ਆ ਕੇ ਦੱਸਿਆ, ਜਿਹੜਾ ਸਾਡੇ ਚਾਚੇ ਦਾ ਪੁੱਤ ਨਾਲ ਸੀ, ਉਹਦਾ ਪਿਓ ਵੀ ਮਾਰਿਆ, ਉਹਦੀ ਮਾਂ ਬਚ ਗਈ ਅਤੇ ਮੁੰਡੇ ਛੱਡੇ। ਉਹਨਾਂ ਨੇ ਆ ਕੇ ਦੱਸਿਆ ਵੀ ਵੜਤੇ ਸਾਰੇ ਫਲਾਣੇ ਟਿੱਬਿਆਂ ਦੇ ਵਿੱਚ, ਉਹ 32-33 ਸਾਡੇ ਚਾਚਾ ਤਾਏ ਸੀ ਜੀ, ਉਹ ਸਾਰੇ ਮਾਰਦੇ ਸਿੱਖਾਂ ਨੇ। 32-33 ਜੀ ਤੁਹਾਡੇ ਆਪਣੇ ਸ਼ਰੀਕੇ ਕਬੀਲੇ ਦੇ ਸਾਰੇ ਮਾਰ? ਚਾਚੇ ਤਾਏ ਸਕੇ ਉਹ ਮਾਰੇ ਬੱਲੋਵਾਲ ਦੇ ਟਿੱਬਿਆਂ 'ਚ, ਉਹ ਮੈਨੂੰ ਨਾਂ ਯਾਦ ਆ, ਬੱਲੋਵਾਲ, ਬੱਲੋਵਾਲ ਦੇ ਟਿੱਬੇ ਸੀ, ਉੱਥੇ ਮਾਰਿਆ। ਮਾਲ ਲੈ ਕੇ ਮਰੇਲਕੋਟਲੇ ਨੂੰ ਆ ਰਹੇ ਸੀ, ਰਾਜ ਸਿੱਖਾਂ ਨੇ ਘੇਰ ਕੇ ਮਾਰਤੇ, ਮਾਲ ਟੇਰਿਆ, ਮਾਲ ਵੀ ਲੈ ਗਿਆ, ਬੰਦੇ ਵੀ ਮਾਰਤੇ। ਇਹ 47 ਦਾ ਜਦੋਂ ਆਪਣਾ ਪੈ ਗਿਆ ਸੀ ਰੌਲਾ, ਉਦੋਂ ਦੀ ਗੱਲ ਆ ਉਦੋਂ ਦੀ। ਫਿਰ ਰਾਤ ਨੂੰ ਆ ਕੇ ਸਾਨੂੰ ਉੱਥੋਂ ਕੱਢਿਆ, ਸਾਨੂੰ ਫਿਰ ਮਲੇਰਕੋਟਲੇ ਪਹੁੰਚਾ ਕੇ ਗਏ। ਜਿਹੜੇ ਫਿਰ ਆਪਣੇ ਸ਼ਹੀਦ ਹੋਏ ਉਹਨਾਂ ਨੂੰ ਤੁਸੀਂ ਦੇਖਿਆ ਨਹੀਂ? ਨਾ ਨਾ ਨਾ, ਦੁਬਾਰਾ ਥਾਂ ਦੇਖਣੀ ਵੀ ਨਸੀਬ ਨਹੀਂ ਹੋਈ। ਹੁਣ ਮੈਂ 3 ਵਾਰੀ ਗਿਆ ਨਹੀਂ, ਉਹ ਜਗ੍ਹਾ ਦੇਖਣ 'ਤੇ ਹੌਸਲਾ ਨਹੀਂ ਪੈਂਦਾ ਜਾਣ। ਚਾਚੇ ਤਾਇਆਂ ਦੇ ਪੁੱਤ ਵੀ ਤਾਂ ਭਰਾ ਹੀ ਹੁੰਦੇ ਆ ਨਾ ਸਕਿਆਂ ਦੇ, ਅਤੇ ਉਹ ਸਕੇ ਭਰਾ ਸੀ, ਬਾਪ ਸੀ, ਉੱਥੇ ਢੇਰੀ ਹੋਇਆ, ਉੱਥੇ ਜਾਣ ਨੂੰ ਹੌਸਲਾ ਹੀ ਨਹੀਂ ਪਿਆ। ਮੈਂ ਕਿਹਾ ਮੈਂ ਨਹੀਂ ਜਾਣਾ, ਸਿੱਧੀ ਜੀ ਤਾਂ ਗੱਲ ਇਹ। ਆਪਣੇ ਉਸ ਪਿੰਡ ਦੇ ਵਿੱਚ ਗੁੱਜਰਵਾਲ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਕੌਮਾਂ ਸੀ? 2 ਘਰ ਰਾਈਆਂ ਦੇ, ਬਾਕੀ ਸਾਰੇ ਗੁੱਜਰ ਸੀ, ਸਿੱਖ ਵੀ ਉੱਥੇ ਕੋਈ ਨਹੀਂ ਸੀ। ਦੁਆਲੇ ਜਿਹੜੇ ਪਿੰਡ ਸੀਗੇ ਉਹਨਾਂ ਵਿੱਚ ਵੀ ਸਿੱਖਾਂ ਨਾਲ ਕੋਈ ਰਸਮਾਂ ਰਵਾਵਤ ਹੈਗੇ ਸੀ ਆਪਣੇ ਬਜ਼ੁਰਗਾਂ ਦੇ, ਕੋਈ ਲੈਣ ਦੇਣ ਕੋਈ? ਗੱਲਾਂ ਸਾਰਿਆਂ ਨਾਲ ਉਹਨਾਂ ਦਾ ਵਰਤਾਅ ਤਾਂ ਸੀਗਾ ਹੀ ਨਾ, ਪਿਆਰ ਬੜਾ ਸੀ ਬੜੇ। ਸਾਡਾ ਚਾਚਾ ਜਿਹੜਾ ਸੀ ਉਹ ਜ਼ਿਲ੍ਹੇਦਾਰ ਸੀਗਾ ਉਸ ਇਲਾਕੇ ਦਾ, ਹਾਂਜੀ, ਇਹਨੂੰ ਕਹਿੰਦੇ ਆਪਾਂ ਦਫੇਦਾਰ ਜਾਂ ਜੈਲਦਾਰ। ਸਾਡਾ ਚਾਚਾ ਜੀ ਦਾ ਕਾਲੂ ਨਾਂ ਲੈਂਦੇ ਹਾਂ ਨਾ, ਉਹ ਜੈਲਦਾਰ ਸੀ ਉਸ ਇਲਾਕੇ ਦਾ, ਗੁਜਰਾਂ ਦੀ ਵਜ੍ਹਾ ਨਾਲ ਗੁਜਰ ਬੜੇ ਉੱਥੇ ਖੜਕੇ ਦਾ। ਅੱਛਾ ਚਲੋ, ਇਹ ਤਾਂ ਹੁਣ ਤੁਸੀਂ ਕਹਿੰਦੇ ਵੀ ਸਾਨੂੰ 8 ਸਾਲ ਦੀ ਉਮਰ 'ਚ ਬਹੁਤਾ ਨਹੀਂ ਪਤਾ ਹੈਗਾ ਵੀ ਪਾਕਿਸਤਾਨ ਆ ਗਏ ਹਾਂ, ਪਾਕਿਸਤਾਨ 'ਚ ਆ ਕੇ ਫਿਰ ਤੁਸੀਂ ਦੁਬਾਰਾ ਜਿਹੜਾ ਗਏ ਆ ਉਹ ਕਦੋਂ ਗਏ ਆ? ਉਹ 87 'ਚ ਪਹਿਲੀ ਵਾਰੀ ਸਨ 81 'ਚ ਫਿਰ ਮੈਂ ਵੀਜ਼ਾ ਲਵਾਇਆ ਇਸਲਾਮਾਬਾਦ। ਅੱਛਾ, ਉਧਰੋਂ ਮੇਰੇ ਕਾਗਜ਼ ਆਏ, ਉਹ ਕਿਹਨੇ ਭੇਜੇ? ਮੇਰੀਆਂ ਭੈਣਾਂ ਨੇ, ਆਪਣੇ ਰਿਸ਼ਤੇਦਾਰ ਵੀ ਹੈਗੇ ਆ? ਹਾਂਜੀ, ਮੇਰੀਆਂ ਭੈਣਾਂ ਸਕੀਆਂ ਉੱਥੇ, ਅਜੇ ਵੀ ਔਲਾਦ ਉਹਨਾਂ ਦੀ 250-300 ਜੀ ਆ। ਕਿੱਥੇ? ਮਰੇਲਕੋਟਲੇ, ਰੋਡੀ ਵਾਲ, ਭੋਗੀ ਵਾਲ, ਆਪਣਾ ਤੱਖਰ, ਉਹ ਪਿੰਡ ਜਿਹੜੇ ਆ ਨਾ ਜਿੱਥੇ ਬੈਠੇ ਆ ਸਾਡੇ ਜੀ, ਉਹ ਖੁਰਦ, ਬਾਲੇਵਾਲ, ਰਿਆਸਤ ਮਰੇਲਕੋਟਲਾ ਜਿਹਨੂੰ ਕਹਿੰਦੇ ਆ, ਰਿਆਸਤ ਮਰੇਲਕੋਟਲਾ, ਮਰੇਲਕੋਟਲੇ ਸ਼ਹਿਰ 'ਚ
ਉਹ ਸਾਡੇ ਜੀ ਬੈਠੇ। ਕੀ ਨਾਂ ਆ ਉਹਨਾਂ ਦੇ? ਉਹਨਾਂ ਦੇ ਨਾਂ ਹੁਣ ਤੈਨੂੰ ਦੱਸਣੇ ਪੈਣਗੇ। ਕਰਮਾ, ਕਰਮਾ, ਕਰਮਦੀਨ ਕਹਿ ਲਓ, ਰੁਕਣਾ, ਰੁਕਨਦੀਨ, ਅਤੇ ਸਾਡਾ ਬਹਿਣੋਈ ਜਿਹੜਾ ਸੀਗਾ ਉਹਦਾ ਨਾਂ ਸੀਗਾ ਕੈਮਾ, ਜਿਹਦੇ ਘਰ ਸਾਡੀ ਭੈਣ ਸੀ। ਦੂਆ ਜਿਹੜਾ ਸੀ ਉਹਦਾ ਨਾਂ ਸੀ ਨੂਰ ਮੁਹੰਮਦ, ਉਹ ਖੁਰਦ ਰਹਿੰਦੇ ਸੀ। ਯਾਨੀ ਇਹ ਮੇਰੇ ਬਣੋਈਆਂ ਦੇ ਨਾਂ ਆ। ਹਾਂਜੀ, ਬਾਕੀ ਚਾਚੇ ਤਾਏ ਮਤਲਬ ਸਾਡਾ ਉੱਧਰ ਭਰਾ ਕੋਈ ਨਹੀਂ, ਭੈਣਾਂ ਹੀ ਸੀਗੀਆਂ, ਭਰਾ ਅਸੀਂ ਸਾਰੇ ਇੱਧਰ ਆ ਗਏ ਸੀ। ਭੈਣਾਂ ਦੋ, ਉਹ ਦੋਵੇਂ ਮਲੇਰਕੋਟਲੇ ਲਈ ਵਹੀਆਂ ਹੋਈਆਂ ਸੀ ਨਾ। ਹਾਂ, ਉਹ ਰਿਆਸਤ ਉੱਠੀ ਹੀ ਨਹੀਂ, ਉੱਠਿਆ ਨਹੀਂ ਬਹੁ, ਉੱਥੇ ਸੀ ਵਿਆਹੀਆਂ ਹੋਈਆਂ ਦੋਵੇਂ, ਉਹ ਉੱਥੇ ਰਹਿ ਗਈਆਂ। ਜ਼ਿਆਦਾਤਰ ਦੀਆਂ ਮਾਲਕਾਂ ਮਾਸ਼ਾਅੱਲਾ ਮੇਰੇ ਭਾਣਜੇ MP MLA ਦਾ ਇਲੈਕਸ਼ਨ ਲੜਦੇ ਆ। ਹਾਂਜੀ ਹਾਂਜੀ, ਮਲੇਰਕੋਟਲਾ ਵਾਹਦ ਰਿਆਸਤ ਆ ਜੀ, ਜਿੱਥੇ ਖੂਨ ਦਾ ਇੱਕ ਕਤਰਾ ਵੀ ਨਹੀਂ ਡਿੱਗਿਆ ਹੈਗਾ। ਬਾਕੀ ਅੱਜ ਵੀ ਲੋਕ ਉੱਥੇ ਸਾਰੀਆਂ ਕੌਮਾਂ ਦੇ ਰਹਿੰਦੇ ਆ, ਈਸਾਈ, ਸਿੱਖ, ਮੁਸਲਮਾਨ, ਹਿੰਦੂ, ਸਾਰੇ ਪਿਆਰ ਮੁਹੱਬਤ ਨਾਲ ਰਹਿੰਦੇ, ਇੱਕ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਜਾਂਦੀ। ਮੌਕੇ 'ਤੇ ਜਿਹੜਾ ਹੁਣ ਮੇਰਾ ਪੰਜ ਤਫੈਲ ਆ ਉਹਦਾ ਨਾਮ, ਉਹ ਵੀ ਚੇਅਰਮੈਨ ਆ ਉਸ ਇਲਾਕੇ ਦਾ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਪਹਿਲੀ ਵਾਰੀ 1981 'ਚ ਗਏ, ਹਾਂਜੀ, ਫਿਰ ਕਿੱਦਾਂ ਲੱਗਾ ਉੱਥੇ ਜਾ ਕੇ? ਹਾਂਜੀ, ਇਹ ਸੁਣਨ ਵਾਲੀ ਗੱਲ ਆ ਵੈਸੇ, ਪਿਆਰ ਨਾਲ। ਇਸਲਾਮਾਬਾਦ ਗਿਆ ਜੀ ਮੈਂ, ਉਹ ਪਤਾ ਨਹੀਂ ਸੀ ਉਹ ਖਾਤੇ ਦਾ, ਉਦੋਂ ਤਾਂ ਖੁੱਲ੍ਹਾ ਹੀ ਚੱਲਦਾ ਸੀ ਕੰਮ, ਉਸ ਤੋਂ ਬਾਅਦ ਬੰਦ ਫਿਰ ਹੋਇਆ ਜਦੋਂ ਦੋ ਵਾਰੀ ਫਿਰ ਗਿਆ। ਮੈਂ ਜਾ ਕੇ ਕਾਗਜ਼ ਜਮ੍ਹਾਂ ਕਰਾਏ, ਮੇਰੇ ਨਾਲ ਮੇਰਾ ਭਾਣਜੀ ਜੋ ਆਈ ਸੀ ਉਹ ਅੱਗੇ ਕੇ ਗਿਆ ਹੋਇਆ ਸੀ ਉੱਧਰ, ਉਹਨੂੰ ਮੈਂ ਨਾਲ ਲੈ ਗਿਆ, ਮੈਨੂੰ ਤਰੀਕੇ ਕਰ ਦੱਸੂਗਾ। ਮੈਂ ਤੁਹਾਨੂੰ ਪੜ੍ਹ ਬੰਦਾ ਸੀ, ਦਰਖਾਸਤ ਲਿਖੀ, ਫੜਾਤੀ, ਉਹਨਾਂ ਅੰਦਰ ਜਮ੍ਹਾਂ ਕਰਕੇ ਨਹੀਂ, 2 ਵਜੇ ਆ ਕੇ ਵੀਜ਼ਾ ਲੈ ਜਾਓ। ਅੱਛਾ, ਅਸੀਂ ਜਨਾਬ ਦਰਬਾਰ ਦੇ ਨਿਕਲ ਗਏ, ਕੀ ਉਹਦਾ ਨਾਂ ਆਪਣੇ ਜਿਹੜਾ ਹੈਗਾ ਇਸਲਾਮਾਬਾਦ, ਅਮਾਂਬਰੀ, ਉੱਧਰੋਂ ਲੰਗਰ ਪਾਣੀ ਖਾਧਾ, ਮੁੜ ਕੇ 2 ਵਜੇ ਆਏ, ਸਾਨੂੰ ਵੀਜ਼ਾ ਮਿਲ ਗਿਆ ਲੈ ਕੇ। ਫਿਰ ਜਨਾਬ ਵੀਜ਼ਾ ਲੱਗ ਗਿਆ, ਅਤੇ ਵੀਜ਼ਾ ਲੱਗਣ ਤੋਂ ਬਾਅਦ ਇਹ ਹੋਇਆ ਜਨਾਬ ਮੇਰੀ ਵਾਲਦਾ ਗੁਜ਼ਰ ਗਈ। ਅੱਛਾ, ਉਦੋਂ ਅਸੀਂ 6 ਮਹੀਨੇ ਕਾਨੂੰਨ, ਵੀਜ਼ਾ ਲੱਗਣ ਤੋਂ ਬਾਅਦ 6 ਮਹੀਨੇ ਜਦੋਂ ਤੁਹਾਡਾ ਦਿਲ ਕਰੇ ਜਾ ਸਕਦੇ ਹੋ। ਅੱਛਾ, ਉਹਦੀ ਰੁਕਾਵਟ ਨਾਲ ਫਿਰ ਮੈਂ ਇੱਕ ਚਿੱਠੀ ਲਿਖੀ ਛੋਟੀ ਜਿਹੀ, ਉਹ ਕੁਦਰਤੀ ਅੱਲਾ ਮੇਰੀ ਭਾਣਜੀ ਨੂੰ, ਵੱਡੀ ਨੂੰ ਪਹੁੰਚ ਗਈ। ਅੱਛਾ, ਉਹ ਮਾਂ ਦੇ ਕੱਟ ਤੋਂ 4 ਦਿਨ ਪਹਿਲਾਂ ਇੱਥੇ ਆ ਗਈ। ਅੱਛਾ, ਉਹਦੀ ਵਜ੍ਹਾ ਨਾਲ ਫਿਰ ਮੈਨੂੰ ਜਾਣਾ ਸੌਖਾ ਹੋ ਗਿਆ, ਸਾਥ ਬਣ ਗਿਆ। ਮੈਨੂੰ ਤਾਂ ਪਤਾ ਨਹੀਂ ਸੀ ਵੀ ਕਿੱਧਰ ਦੀ ਜਾਣਾ, ਕੀ ਕਰਨਾ। ਹੁਣ ਉਹ ਉੱਧਰੋਂ ਆਈ ਸੀ, ਮੈਂ ਇੱਧਰੋਂ ਜਾਣਾ ਸੀ, ਔਰ ਮੈਂ ਪਹਿਲੀ ਵਾਰੀ ਜਾਣਾ ਸੀ। 40-45 ਸੂਟ ਤਾਂ ਮੈਂ ਬਣਾਏ, ਇਹ 1987 ਦੀ ਗੱਲ ਦੱਸ ਰਿਹਾ। 40-45 ਸੂਟ ਤਾਂ ਭੈਣਾਂ ਵਾਸਤੇ ਮੈਂ ਬਣਾਏ। ਅੱਛਾ, ਉਹ ਭਾਣਜੀ ਪਹਿਲੀ ਵਾਰੀ ਆਈ ਸੀ ਇੱਧਰ, ਉਹਨੂੰ 100-150 ਹੋ ਗਿਆ, ਇੱਦਾਂ ਹੀ ਤੂੰ ਦੇ ਮੈਨੂੰ ਦੇ, ਸਾਰੇ ਤਾਂ ਮਾਮੇ ਇੱਧਰ ਸੀਗੇ ਸਾਡੇ ਕੋਲ ਪਿਛਲੇ ਸਾਲਾਂ ਦੇ ਜਮ੍ਹਾਂ ਹੋਏ, ਕਿਹੜਾ ਉੱਥੇ ਪਹਿਲੀ ਵਾਰੀ ਆਈ ਸੀ। ਉਹਨੂੰ ਜਨਾਬ ਸਾਰਿਆਂ ਜੀਆਂ ਨੇ ਨਾ ਬੜਾ ਤੁਆਮਨ ਕੀਤਾ, ਦਿੱਤੇ ਕੱਪੜੇ। ਉਹ ਜਦੋਂ ਉੱਥੇ ਲੈ ਕੇ ਗਏ ਤਾਂ ਉਹ ਭਾਈ, ਉਹ ਉੱਥੇ ਤਾਂ ਟੈਕਸ ਕਾਨ ਜੀ ਬੜਾ ਲੱਗਦਾ। ਅੱਛਾ, ਫਲੈਟ ਉਦੋਂ 10.5 ਰੁਪਏ ਮੀਟਰ ਸੀ ਜੀ, ਉਦੋਂ ਇੰਡੀਆ 'ਚੋਂ 22 ਰੁਪਏ ਮੀਟਰ ਵਿਕਦੀ ਸੀ। ਅੱਛਾ, ਫਲੈਟ ਕੱਪੜਾ ਜਿਹੜਾ ਸਿਰ 'ਤੇ ਬੰਨਣ ਵਾਲਾ, ਜਾਂ ਆਮ ਆਪਾਂ ਕੁੜਤੇ ਸਮਾਉਂਦੇ ਰਹੇ ਹਾਂ, ਫਲੈਟ ਚੱਲੀ ਨਹੀਂ ਉਹ ਜਨਾਬ। ਹੁਣ ਸਾਡੇ ਸੂਤ ਵਿੱਚ ਲੱਗੇ ਸੀ, ਮੈਂ ਕਿਹਾ ਹੁਣ ਬਈ ਉੱਥੇ ਨਾ ਇੱਕੋ ਬੰਦਾ, ਹੁਣ ਇਹ ਗੱਲ ਦੱਸਣ ਵਾਲੀ ਤਾਂ ਨਹੀਂ ਹੈ, ਬਹਰਹਾਲ ਬੰਦਾ ਕਿ ਮਿਲਿਆ, ਉਹਨੇ ਜਨਾਬ ਸਾਨੂੰ 500 ਜੀ ਪਾਰ ਨਗਾਤਾ, ਗੱਲ ਮੁੱਕੀ, ਝਗੜਾ ਪਾਰ ਹੋਇਆ, ਤੁਹਾਨੂੰ ਸਾਰੀਆਂ ਕਰਨੀਆਂ, ਉਹ ਗੋਲ ਮੁਲ ਜੀ ਚੰਗੀ। ਚਲੋ ਜੀ, ਇਹ ਸਿਸਟਮ ਦਾ ਕੰਮ। ਹਾਂਜੀ, ਅੱਛਾ, ਉਹਨੂੰ ਜਨਾਬ ਅਸੀਂ ਰਾਜੀ ਕੀਤਾ, ਪਰੇ ਨਿਕਲ ਗਏ। ਜਦੋਂ ਉੱਥੇ ਬੈਠੇ ਨੂੰ ਮੈਂ ਕਿਹਾ ਪੁੱਤ ਗੱਲ ਇਹ ਆ ਵੀ ਹੁਣ ਦੱਸ ਕਿੰਨੀ ਕੁ ਦੂਰ ਆ ਇੱਥੋਂ ਜੀ, ਮੈਂ ਕਿਹੜਾ ਪਹਿਲੀ ਵਾਰੀ ਗਿਆ ਸੀ। ਉਹਨੇ ਕਿਹਾ ਮਾਮਾ ਗੱਲ ਇਹ ਆ ਵੀ ਜੇ ਆਪਾਂ ਇੱਥੇ ਬੈਠੇ ਰਹੇ ਨੇ, ਇੱਥੇ ਚੱਲਣੀ ਆ 2 ਵਜੇ ਬੱਸ, ਉਹਨੇ ਰਾਤ ਨੂੰ 10 ਵਜੇ ਆਪਾਂ ਨੂੰ ਲੁਧਿਆਣਾ ਪਹੁੰਚਾਉਣਾ। ਮਲੇਰਕੋਟਲੇ ਦੇ ਕੋਲ ਦੀ ਲੰਘਦੀ ਆ, ਆਉਂਦੀ ਆ ਉਹ ਸੰਗਰੂਰ, ਅਤੇ 10 ਵਜੇ ਆਪਾਂ ਖੱਜਣਾ, ਆਪਾਂ ਹੁਣ ਇੱਥੇ ਬੱਸ ਬਹਿ ਜਾਂਦੇ ਹਾਂ, ਅਤੇ ਉਹ ਲੁਧਿਆਣਾ ਅੰਮ੍ਰਿਤਸਰੋਂ ਜਾ ਕੇ ਵੱਡੀ ਬੱਸ 'ਤੇ ਬੈਠਾਂਗੇ, ਵੇਲੇ ਨਾਲ ਘਰ ਚਲੇ ਜਾਵਾਂਗੇ। ਮੈਂ ਕਿਹਾ ਪੁੱਤੇ ਤੁਹਾਨੂੰ ਪਤਾ, ਤੁਸੀਂ ਇਸ ਇਲਾਕੇ ਦੇ, ਮੈਨੂੰ ਉੱਥੇ ਇੱਕ ਟੈਂਪੂ ਜਿਹਾ ਕਹਿੰਦੇ ਸੀ ਉਹਨੂੰ, ਆਪਾਂ ਤਾਂ ਕਹਿੰਦੇ ਨਾ ਕੋਚ ਜਾਂ ਡੱਬਾ ਡੁੱਬਾ, ਉਹ ਟੈਂਪੂ ਸਾਦੇ ਆ। ਉਹ ਟੈਂਪੂ 'ਚ ਅਸੀਂ ਬਹਿ ਗਏ, ਉਹ ਮੂਹਰੇ ਨਾ 4 ਬੰਦਿਆਂ ਦੀ 3 ਬੰਦੇ ਬਹਿੰਦੇ ਸੀ, ਇੱਕ ਡਰਾਈਵਰ। ਇਹ ਗੱਲ ਸੁਣਨ ਵਾਲੀ ਆ ਗੌਰ ਨਾਲ। ਅੱਛਾ, ਉਹਦੀ ਜਨਾਬ ਪੱਗ ਬੰਨੀ, ਅਤੇ ਅਫਸਰ ਕੋਈ ਲੈਣ ਦਾ ਬੰਦਾ, ਉਹ ਮੇਰੇ ਛੱਡੀ ਸ਼ਾਇਦ 'ਤੇ ਬੈਠਾ, ਵਿਚਾਲੇ ਮੈਂ ਬੈਠਾ, ਇੱਧਰ ਮੇਰੀ ਭਾਣਜੀ ਨਾਲ ਇੱਕ ਛੋਟਾ ਜਿਹਾ ਮੁੰਡਾ ਉੱਧਰੋਂ ਆਇਆ ਦੋਤਾ, ਉਹ ਬੈਠਾ, ਅਤੇ ਮੈਂ ਜਨਾਬ ਨੇ ਜਦੋਂ ਗੱਡੀ ਤੁਰੀ ਨਾ, ਹੁਣ ਸਾਡੀ ਆਦਤ ਪੱਕੀ ਹੋਈ, ਗੱਡੀ ਡੱਬੀ, ਠੱਚ ਸਿਗਟ ਲਾ ਲਈ, ਉਹਨੇ ਬੇ ਡਰਾਈਵਰ ਨੂੰ ਹੱਥ ਦਿੱਤਾ, ਉਸ ਬੰਦੇ ਨੂੰ ਅੱਲਾ ਦੇਣੇ, ਅੱਲਾ ਉਹਦਾ ਭਲਾ ਕਰੇ, ਗੱਡੀ ਰੋਕ ਲਈ। ਉਹਨੇ ਕਿਹਾ ਗੱਡੀ ਰੋਕ ਬਈ, ਮੈਨੂੰ ਕਹਿੰਦਾ ਮੀਆਂ ਜੀ ਥੱਲੇ ਉਤਰ ਜਾਓ,
ਸਿਗਰਟ ਰੱਜ ਕੇ ਪੀਓ, ਇੱਕ ਦੀਆਂ ਦੋ ਪੀਓ, ਸਾਨੂੰ ਧੂੰਏ ਨਾਲ ਤਕਲੀਫ ਹੁੰਦੀ ਹੈ, ਗੱਡੀ ਉਦੋਂ ਤੁਰੂਗੀ ਜਦੋਂ ਤੁਸੀਂ ਸਿਗਰਟਾਂ ਪੀ ਲਈਆਂ। ਮੈਂ ਸੋਚਿਆ ਵੀ ਯਾਰ ਰੁਪਈਏ ਦੀ ਨਾ ਅੱਠ ਅੰਨੇ ਦੀ ਸਿਗਰਟ ਹੋਊਗੀ ਜਾਂ ਚਾਰ ਅੰਨੇ ਦੀ ਹੋਊਗੀ, ਕਿੱਡਾ ਬੰਦਾ ਮੈਨੂੰ ਕੀ ਗੱਲ ਕਰ ਰਿਹਾ। ਮੈਂ ਕਿਹਾ ਜੀ ਸਿਰਫ ਸਿਗਰਟ ਪਿੱਛੇ ਹੀ ਰੋਕਣੀ ਹੈ ਗੱਡੀ? ਉਹਨੇ ਕਿਹਾ ਹਾਂਜੀ। ਮੈਂ ਕਿਹਾ ਸਾਡੀ ਤਾਂ ਬਾਟ ਕੋਟੀ ਨਹੀਂ, ਮੈਂ ਭੰਨੀ ਸਿਗਰਟ ਬਾਹਰ ਮਾਰੀ। ਉਹਨੇ ਮੇਰੀ ਇਸ ਗੱਲ ਦਾ ਇੰਨਾ ਕਦਰ ਕੀਤਾ ਵੀ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦਾ। ਮੇਰੀ ਸਿਗਰਟ ਭੰਨਣ ਦਾ ਉਹਨੇ ਇੰਨਾ ਮੁੱਲ ਪਾਇਆ, ਉਹ ਸਾਨੂੰ ਤਾਂ ਜਾਣਦਾ ਹੀ ਨਹੀਂ ਸੀ, ਲੇਕਿਨ ਬੱਚੀ ਸਮਝਦੀ ਸੀ ਵੀ ਇੱਥੇ ਦਾ ਅਫਸਰ ਆ ਕੋਈ, ਨਹੀਂ ਸਮਝੇ ਭਾਣਜੀ ਜਿਹੜੀ ਮੇਰੇ ਆਈ ਸੀ ਨਾ, ਉਹ ਸਮਝਦੀ ਸੀ ਵੀ ਕੋਈ ਅਫਸਰ ਆ। ਉਹ ਗਿਆ ਜਨਾਬ ਅੱਡੇ 'ਚ, ਅਸੀਂ ਉਤਰੇ ਉੱਥੇ, ਸਾਨੂੰ ਪਾ ਕੇ ਉਹ ਫਲੂਟ ਵਾਲੇ ਕੋਲ ਗਿਆ, ਕੇਲੇ ਸੇਬ ਉਹ ਲਿਆ ਕੇ ਸਾਨੂੰ ਫੜਾ ਗਿਆ ਵੀ ਖਾਓ। ਅਸੀਂ ਖਾਣੇ ਸ਼ੁਰੂ ਕਰਦੇ, ਮੈਂ ਕਹਿੰਦੀ ਮਾਮਾ ਜਾਣੇ ਮੌਲਾ ਹੈ ਅਫਸਰ ਆ, ਤੂੰ ਸਿਗਰਟ ਲਾ ਬੈਠਾ ਪਤਾ ਨਹੀਂ ਕੀ ਨੁਕਸਾਨ ਹੋਊਗਾ, ਜਾਂ ਡਰਦੀ ਸੀ। ਮੈਂ ਕਿਹਾ ਅੱਲਾ ਦੇ ਸਪੁਰਦ ਪੁੱਤ ਗਾਰ ਸਾਲਾ, ਕੋਈ ਨਹੀਂ ਐਡੀ ਗੱਲ, ਜਿਹੜਾ ਕੋਈ ਹੋਣਾ ਸੀ ਉਹ ਤਾਂ ਹੋ ਗਿਆ, ਉਹ ਤਾਂ ਆਪਾਂ ਭੰਨ ਕੇ ਬਾਹਰ ਸਿੱਟਦੀ, ਹੁਣ ਤਾਂ ਰੌਲੇ ਨਹੀਂ ਰਿਹਾ। ਉਹ ਫਿਰ ਜਿਹੜਾ ਚਾਹ ਵਾਲੇ ਕੋਲ, ਉਹਨੂੰ ਤਿੰਨ ਕੱਪ ਚਾਹ ਦੇ ਕਹਿ ਕੇ ਆਇਆ, ਅਸੀਂ ਤਿੰਨ ਜਾਣੇ ਸੀ ਨਾ। ਫਿਰ ਉਹ ਸਾਨੂੰ ਫਿਰ ਨਹੀਂ ਪਤਾ, ਉਹ ਚਾਹ ਫੜਾ ਕੇ ਸਾਨੂੰ ਫਿਰ ਉਹ ਬੱਸ ਵਾਲੇ ਕੋਲ ਗਿਆ। ਲੁਧਿਆਣੇ ਜਿਹੜੀ ਲੱਗੀ ਸੀ ਉਹਨੂੰ ਕਹਿੰਦਾ ਫਰੰਟ ਸੀਟਾਂ ਰੱਖਣੀਆਂ ਦੋ, ਬਲਕਿ ਤਾਂ ਤਿੰਨ ਹੀ, ਅਤੇ ਕਿਰਾਇਆ ਨਹੀਂ ਲੈਣਾ। ਇਹਨਾਂ ਤੋੜ ਮਿਰਲ ਕੋਟਲੇ ਲਾ ਕੇ, ਨਾ ਲੁਧਿਆਣੇ ਲਾ ਕੇ ਮਿਰਲ ਕੋਟਲੇ ਦੀ ਬੱਸ 'ਚ ਬਹਾਉਣਾ ਤਾਂ, ਸਾਨੂੰ ਪਤਾ ਹੀ ਨਹੀਂ। ਇੱਕ ਸਿਗਰਟ ਨੇ ਇੰਨਾ ਕਮਾਲ ਕਰਤਾ, ਇੱਕ ਸਿਗਰਟ ਤੋੜੀ ਨੇ ਜਾਣੀ, ਮਤਲਬ ਇੰਨਾ ਮੁੱਲ ਪਾਇਆ ਹਜੇ ਤਾਂ ਰਹਿੰਦਾ ਦੱਸਦਾ। ਜਦੋਂ ਅਸੀਂ ਜਨਾਬ ਉਹ ਖਾ ਪੀ ਹਟੇ ਤਾਂ ਭਾਈ ਉਹ ਕੰਡਕਟਰ ਆ ਗਿਆ, ਉਹਨੇ ਸਾਡਾ ਸਮਾਨ ਚੱਕਿਆ। ਅਸੀਂ ਕਿਹਾ ਭਾਈ ਤੂੰ ਕਿੱਧਰ ਨੂੰ? ਕਹਿੰਦਾ ਭਾਈ ਉਹ ਸਾਹਿਬ ਜਿਹੜਾ ਨਾ ਸੀਟਾਂ ਤੁਹਾਡੀਆਂ ਰਖਾ ਗਿਆ, ਉੱਥੇ ਚੱਲ ਕੇ ਬੈਠੋ, ਸਮਾਨ ਤੁਹਾਡਾ ਅਸੀਂ ਚੱਕ ਕੇ ਰੱਖਦੇ। ਉਹਨਾਂ ਨੂੰ ਤਾਂ ਪਤਾ ਤਾਂ ਲੱਗ ਗਿਆ ਹੋਣਾ ਵੀ ਬੰਦਾ ਇਹ ਪਾਕਿਸਤਾਨੀ ਆ। ਪਾਕਿਸਤਾਨੀ? ਹਾਂ ਬਿਲਕੁਲ ਪਤਾ ਲੱਗ ਗਿਆ, ਬੋਲ ਰਹੇ ਸਾਰਾ ਚਿਹਰਾ ਹੀ ਮੇਰਾ ਦੱਸਦਾ ਸੀ ਵੀ ਇਹ ਪਾਕਿਸਤਾਨ 'ਚੋਂ ਆਇਆ ਹੈ। ਉੱਥੋਂ ਜਨਾਬ ਅਸੀਂ ਲੁਧਿਆਣੇ ਜਿਸ ਵੇਲੇ ਪਹੁੰਚੇ ਤਾਂ ਭਾਈ ਉਹ ਕੰਡਕਟਰ ਮੂਹਰੇ ਉਹਨਾਂ ਨੂੰ ਆਵਾਜ਼ ਦਰਾ, ਓਏ ਸਾਹਿਬ ਦੇ ਬੰਦੇ ਆ, ਸਵਾਰੀਆਂ ਤਿੰਨ ਮੇਰੇ ਹੋਟਲ ਜਾਓ, ਭਾਈ ਭੱਜਿਆ ਆਇਆ ਸਾਡਾ ਸਮਾਨ ਚੱਕ ਕੇ ਲੈ ਗਿਆ, ਕਿਰਾਇਆ ਸਾਥੋਂ ਉਹਨੇ ਵੀ ਨਹੀਂ ਲਿਆ। ਅਸੀਂ ਤੋੜ ਬਾਰਡਰ ਤੋਂ ਲੈ ਕੇ ਨਾ ਮੰਨਣੀ ਅੰਮ੍ਰਿਤਸਰ ਤੋਂ ਲੈ ਕੇ ਘਰ ਤੱਕ ਸਾਡਾ ਕਿਰਾਇਆ ਨਹੀਂ ਲੱਗਿਆ, ਅਤੇ ਬੜੇ ਆਰਾਮ ਨਾਲ ਸਕੂਨ ਨਾਲ ਕਰ ਗਏ ਯਾਰ। ਮੈਨੂੰ ਕਹਿੰਦੀ ਮਾਮਾ ਇਹ ਸਿਗਰਟ ਨੇ ਕੀ ਕਮਾਲ ਕੀਤਾ? ਮੈਂ ਕਿਹਾ ਵੀ ਇਹ ਗੱਲ ਦਾ ਮੈਨੂੰ ਵੀ ਨਹੀਂ ਪਤਾ, ਇਹ ਜਦੋਂ ਕਿਤੇ ਫਿਰ ਟੱਕਰ ਪੁੱਛ ਲਈ। ਉਹ ਦੋ ਤਿੰਨ ਵਾਰੀ ਦੁਬਾਰਾ ਆ ਕੇ ਮਿਲ ਗਈ ਸਾਨੂੰ। ਅੱਛਾ, ਪਾਕਿਸਤਾਨ ਆ ਗਿਆ? ਹਾਂ। ਇਹ ਜੀ ਪਹਿਲੀ ਵਾਰੀ ਦੀ ਕਹਾਣੀ ਤਾਂ ਇੱਥੇ ਤੱਕ। ਪਹਿਲੀ ਵਾਰੀ ਫਿਰ ਫਿਰੇ ਤੁਰੇ ਕਿੰਨਾ ਕੁ? ਫਿਰੇ ਤੁਰੇ ਇੰਨਾ ਕੁ ਵੀ ਜਨਾਬ ਅਸੀਂ ਲੁਧਿਆਣਾ ਗੁਜਰਵਾਲ ਤਾਂ ਜਾਣਾ ਹੀ ਜਾਣਾ ਸੀ, ਕਿਉਂਕਿ ਉਹ ਜਿਹੜੀ ਗੱਲ ਤੈਨੂੰ ਦੱਸੀ ਸੀ ਉਹ ਹੁਣ ਦੱਸਾਂ ਵੀ ਮੈਨੂੰ ਇੱਦਾਂ ਚੱਕਿਆ ਅਤੇ ਇੱਦਾਂ ਥੱਲਿਆ ਦੱਸਿਆ ਤੁਸੀਂ ਅੱਗੇ ਦੱਸਿਆ ਉਹਨੂੰ ਭਰ ਲਿਆ? ਅੱਛਾ ਚਲੋ ਬਾਹਰ ਵੱਲ ਉਹ ਅਸੀਂ ਫਿਰ ਜਨਾਬ ਲੁਧਿਆਣਾ ਅੰਬਾਲਾ ਪਟਿਆਲਾ ਨਾਭਾ ਇਹ ਸਾਰੇ ਸ਼ਹਿਰਾਂ 'ਚ ਫਿਰ ਸਾਨੂੰ ਫੇਰਿਆ। ਸ਼ਹਿਰ ਹੀ ਦੇਖਣੇ ਹੁੰਦੇ ਸੀ ਚੰਗੇ ਜਾਂ ਮਾੜੇ, ਅੰਬਾਲਾ ਛਾਉਣੀ ਜੀ, ਇਹ ਸਾਰੇ ਸ਼ਹਿਰਾਂ ਦੇ ਵਿੱਚ ਮਤਲਬ ਮੈਂ ਫਿਰਿਆ। ਉਹ ਜਿਹੜਾ ਸਾਡਾ ਭਾਣਜਾ ਸੀਗਾ ਉਹ ਉੱਥੇ ਦਾ ਪੀਰ ਸੀ, ਲੋਕਾਂ ਨੂੰ ਦਮ ਦਰੂਦ ਕਰਦਾ ਸੀ, ਉਹਦੇ ਨਾਲ ਗੱਡੀ 'ਤੇ ਮੈਂ ਬੜਾ ਸੈਰ ਕੀਤਾ ਪਿੰਡਾਂ 'ਚ ਵੀ। ਅੱਗੇ ਕਿਸੇ ਜਾਦੂ ਕਰਨ ਜਾਣਾ, ਉਹਨੇ ਕਹਿਣਾ ਮੇਰਾ ਮਾਮਾ ਉਦੋਂ ਵੀ ਵੱਡਾ ਜਾਦੂਗਰ ਆ, ਅਤੇ ਬੈਠੇ ਮੈਂ ਮਿੰਜੀ 'ਤੇ ਹੋਣਾ ਅਤੇ ਮੈਨੂੰ ਲੱਗਦਾ ਪੁੱਜੀ ਜਾਣਾ, ਉਹਨਾਂ ਨੂੰ ਲੱਗਦਾ ਪੁੱਜੀ ਜਾਣਾ। ਬੜੀਆਂ ਮੌਜਾਂ ਲੱਗੀਆਂ ਜਨਾਬ ਸਨਕਾਸੀ। ਪਹਿਲੀ ਵਾਰੀ ਜਦ ਸਨਕਾਸੀ ਵੱਢਦੇ ਗਏ ਨਾ, ਅਤੇ ਉਹ ਪਰਲੇ ਪਾਸੇ ਬੈਠਾ ਮੈਡੀਕਲ ਵਾਲਾ, ਅਤੇ ਮੈਂ ਉਧਰੋਂ ਟੀਕੇ ਲਵਾ ਕੇ ਗਿਆ ਸੀ, ਉਹਨੇ ਮੇਰੀ ਕਾਪੀ ਦੇਖ ਕੇ ਚਲੇ ਗਏ। ਅੱਗੇ ਜਾ ਕੇ ਹੁਣ ਇਹਨਾਂ ਨੇ ਤਾਂ ਕਲਾਸ ਕਰਨੀ ਵਾਪਸੀ, ਮੈਂ ਜਾਣਾ ਸੀ, ਮੇਰਾ ਤਾਂ ਇਹਦਾ ਫਰਕ ਪੈ ਗਿਆ ਬੱਚੀ ਦਾ। ਅਤੇ ਮੈਨੂੰ ਨਾ ਜਦੋਂ ਮੈਂ ਸਾਹਮਣੇ ਗਿਆ ਅਤੇ ਉਹਨੇ ਮੇਰੇ ਕੋਲ ਕਾਪੀ ਫੜ ਲਈ, ਫੜ ਕੇ ਅਤੇ ਉਹ ਫੜਾਉਣੀ ਸ਼ੁਰੂ ਕਰਤੀ ਜਿਵੇਂ ਆਪਣਾ ਨਹੀਂ ਪਿਆ ਐਡਾ ਲੰਮਾ ਦਫ਼ਤਰ, ਉਹ ਅਗਲੇ ਸਿਰੇ ਮੇਰੀ ਪਾਸਪੋਰਟ ਚਲਾ ਗਿਆ। ਮੈਨੂੰ ਕਹਿੰਦੇ ਜੀ ਉਹ ਉੱਥੇ ਚਲੇ ਜਾਊਗਾ, ਹੁਣ ਇੱਦਾਂ ਦੇ ਬੰਦੇ ਵੀ ਤਾਂ ਵਿੱਚੇ ਹੀ ਆ ਨਾ। ਮੈਂ ਉੱਥੇ ਗਿਆ, ਸਤਿ ਸ਼੍ਰੀ ਅਕਾਲ, ਇਹ ਆਪ ਕੇ ਪਾਸਪੋਰਟ ਪਰ ਲਿਖਾ ਹੋਇਆ ਹੈ ਬਾਘਾ ਅਟਾਰੀ। ਠੀਕ ਹੈ ਜੀ, ਫਿਰ ਇਹਦਾ ਕੋਈ ਹੱਲ ਹੈ? ਹਾਂ ਹਾਂ ਹੋ ਜਾਏਗਾ, ਹੱਲ ਹੋ ਜਾਏਗਾ। ਮੈਂ ਕਿਹਾ ਸਰ ਮੈਂ ਇੰਨਾ ਨੰਗਿਆ, ਆਪਦਾ ਬਾਰਡਰ ਵੀ ਨੰਗਿਆ, ਤੁਹਾਡਾ ਵੀ ਨੰਗਿਆ, ਜਾਂ ਤਾਂ ਪਿਛਲੇ ਅਨਪੜ੍ਹ ਆ ਜਾਂ ਤੂੰ ਅਨਪੜ੍ਹ ਆ। ਉਹਨਾਂ ਨੇ ਮੈਨੂੰ ਕਿਉਂ ਨਾ ਦੱਸਿਆ ਵੀ ਤੂੰ ਇਸ ਰਸਤੇ ਨਹੀਂ ਲੰਘ ਸਕਦਾ? ਮੈਂ ਆਉਂਦਾ ਹੀ ਨਾ, ਮੈਂ ਉਸ ਅਟਾਰੀ ਵਾਲੇ ਰਸਤੇ ਆ ਜਾਂਦਾ, ਉੱਧਰ ਦੀ ਗੱਡੀ ਜਾਂਦੀ ਆ, ਇੱਧਰ ਦੀ ਬੱਸ ਜਾਂਦੀ ਆ, ਇਹਦੇ 'ਚ ਕਿਹੜਾ ਫਰਕ ਪੈਂਦਾ?
नहीं नहीं नहीं, वैसे मैं बात करता हूँ, लिखने वाले ने गलत लिखा, मैं कहा गलत लिखा लेकिन पिछले नहीं पढ़ होया, वो चुप कर गया। वो कुछ चाहता सी, मैं भाई बंदा उदों का सी, मैं देऊ नहीं सी, सीधी जी गल हाँ मुक की गल। उन्हें भाई फटाफट सैन की, उद मैनू नहीं पढ़ाया, उद फिर मोड़ता पिछले पद निशान करते उद एक पढ़ के तुरी गए। मैं जा पूरी लैनी पढ़ जिन्हें तेरे तक पहुँचाता, मैनू भी तो मेरे पासपोर्ट तो वापस आ गया जिथे मैं पासपोर्ट फड़ाया सी। वो मैनू कहता कि बा भाई तेन आखे पलेदार ना रख लीए। मैं यार वो क्यों, तेरी नीयत मैंने को फर्क लगता। मैं पलेदार तुम रखना कहदे वास्ते, मैं हम चल आया तो मैं पलेदारी करता ही हाँ, उदो मैं सीगा भी पलेदारी करता, लेकिन मैं मुड़ के आके कर सकता मैं अपनी भैनों मिलने चलिया, पर तेरी नीयत मेरे गुस्से से खराब हुई लगती है मैंने। वो हस पिया बड़ा हस पिया, बे मेरे तो दिल की गल बुझ ली पी तू, मैनू गुस्से की नीयत भैड़ी हुई थी। मैं मैंने जाया आने दे, जो मैं वापस आया तो तू गुस्सा ले ली, मैं तेन दे दूंगा तू मेरे पासपोर्ट से सैन कर मैं जावा। वो कहना नहीं, मैं तेरी गल तो बड़ा खुश हाँ, मैं तेन चाह पलाई तो बगैर जान नहीं देना। ये पहली बारी दे वाकया, पहला गल्लां दी खट्टी खाई गए, बस गल्लां नहीं पता इदां ही चलदा रहा काम, खुल्ला ही खुल्ले जे बंदे सी उदां दे ही गां जी मिलदे रहे तेरे अरगे। आई समझ, जट भी मेरे अरगा, मैं भी जेदे अरगा, साडा तां सौदा ही इदां दा, साडियां तां खुल्लियां ही चलदियां बई। ये गुजार के जनाब वापस इसलिए फिर असीं पुरान कलियर साबर पिया दे गए। अच्छा कलियर शरीफ, हाँ जी उत्थे तैनूं दस्सिया ना, मैनूं इहने पुछा आपणे ने जिहड़े पीणू सादे आ चेक करते अपने भी है ना सिक्योरिटी गार्ड कह लो, हाँ उन्होंने गुफिया मैंने फड़िया, उन्होंने मैं जो चिट्ठी दिखाई तो उन्हें कहा भाजी जिते मर्जी फिरो, जिते मर्जी फिरो तुम तो भाई उस बंद भी जिरा असी ना ही नहीं लै सकते, सारी सारा पंजाब डरता वो, सारे पंजाब का वो बड़ा अफसर से अंदाजा कर ला। अच्छा पिंडा च सिखां दे च नहीं गए, जा रास्ते ही तुरे जांदे आ सिख मिले हुण उहनां ने को आओ बल्ले 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 जी। वो तो हुण मैं कुछ कह नहीं सकदा वी, पहली बारी तैनूं दस्सिया मैं बहुत कुछ कीता। ओए आओ मामा लिया बोतल चख लिया, ओए आ जा पीए, ओए बह जा, ओए नाल तफैल मेरा मान जा, वो तो हदों उहनां गाहां लंघिया सी ना, वो जिथे जाणा इहो कुछ होर तां कुछ है ही नहीं सी। पहली बारी इह कीता सारा कुछ, दूजी बारी दो बारी गया मुर्शिदा ने कहा भी ना भी नवाज 40 दिन नहीं होंगी जे मतलब एक दिन घुट पा लीए, बस फिर जनाब तौबा मेरी जे मैं औका छड़िया ना इदा ही हर शौ छड़ी, पहले पहले वो जो कुछ हो गया गलती होगी जी होगी मुड़ के नहीं की ना। दूसरी बारी फिर कदों गए? दूसरी बारी उदो 10 साल बाद गए। अच्छा तीसरी बार, हाँ जी उदो बाद फिर 10 साल बाद गए। अच्छा फिर मैं वीजा मिलया सिर्फ महीने का। अच्छा पहली बारी 3 महीनों का मिलया, दूजी बारी मैं मिलया 15 दिनों का। अच्छा तो 3 महीने उन्होंने बधाई गए, 3 महीने उन्होंने पूरे करते मेरे, जो तीजी बारी गया फिर नहीं एक दिन भी बधे, बल्कि 20 दिन रह के वापस आ गए। अच्छा इन्ना टाइम उत्थे तुसी रह के आए हैं, फिर तो रल मिल गए हुण उन्होंने? बल्ले 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 सलाम अलैकुम, आदे रिश्तेदार जेड़े उन्होंने गां रिश्तेदार बने हैं, जो दोतियां दित्तियां आईयां तियां दित्तियां आईयां। टले का जेड़ा हिस्सा ना बाजार अहमदगढ़ मंडी का बाजार जेड़ा वो अद्धा जेड़ा मलेरकोटले का इधरला पासा जेड़ा मतलब आह बाजार जाता ना इधरला पासा लुधियाने च अंदाजा कर ला तू, वो जू आ उन्हां दी उत्थे मेला लगता गुगे पीर दा। हाँ जी अहमदगढ़ मंडी, हाँ सप्पां वाले का उत्थे कोई दुनिया आउंदी क्या ही बात। अच्छा, मेले बहुत लगते मेले वाली तू गल छड़ दे जी, मैनू हुण गाणा इक याद आ गया जे कहवें तां दो बोल कर दें। सदीक मरासी है मेरे नाँ का बंदा उत्थे। अच्छा हैगा मुसलमान उहदे नाल, उहदे नाल राम कौर गाउंदी आ, वह हैगी आ भोगी आल दी। अच्छा बामणा दी कुड़ी, वह जदों चढ़ी ना स्टेज ते चढ़दी नूं इक लफ्ज कहा मैनू हजे तक बोल, सन 81 दी गल आ, कहिंदी निकली नार छप्पड़ चों ना के छड़ियो मरजो पूछ तड़ा के हथों निकल शिकार गया शिखर दुपहरे हुसन दिलां दे डाका मार गया। क्या बात है, क्या बात। वो की कहिंदा, कहिंदा यारो नार पटोले बर गई ओ मेरी छाती ते पब तर गई, दर्शन दे के कुंडा कर गई, जरिया जांदा नहीं मर जांदे 100 वारी पर हुण मरिया जांदा नहीं। क्या बात है, क्या बात। होर भी इदां दियां बोलियां। हाँ जी सोहनी मेलने नचण वाली है, सोहनी मेलने नचण वाली है, गिद्धा गिद्धा कर दी मेलने, गिद्धा पऊ बथेरा
ਸਾਰੇ ਪਿੰਡ ਦੇ ਮੁੰਡੇ ਆਮਣ ਲਾ ਬੁੱਢੇ ਤੋਂ ਠੇਰਾ ਅੱਖ ਪੱਟ ਕੇ ਦੇਖ ਮੇਲਣੇ ਲੱਧਿਆ ਪਿਆ ਬਨੇਰਾ ਨੀ ਸਬਜ ਕਬੂਤਰੀਏ ਦੇ ਦੇ ਸ਼ੌਂਕ ਦਾ ਗੇੜਾ ਹੋਰ ਵੀ ਹਾਂਜੀ ਆ ਬੇ ਯਾਰਾ ਬਹਿ ਬੇ ਯਾਰਾ ਹਾਰੇ ਵਿੱਚੋਂ ਦੁੱਧ ਕੱਢ ਲਿਆ ਮੈਂ ਕੋਠੀ ਵਿੱਚੋਂ ਪੂਰਾ ਉਂਗਲੀ ਫੇਰ ਕੇ ਪੀ ਜਾ ਮਿੱਤਰਾ ਮਤਲਬ ਕਰ ਜੀ ਪੂਰਾ ਰਾਤੀ ਰੋਂਦੀ ਦਾ ਉਹ ਭਿੱਜ ਗਿਆ ਲਾਲ ਭਗੂੜਾ ਰਾਤੀ ਰੋਂਦੀ ਦਾ ਵਾਹ ਜੀ ਵਾਹ ਕਿਆ ਬਾਤ ਆ ਬਾਬਾ ਰੰਗ ਭਰ ਚੜੇ ਆ ਬਾਬਾ ਤੈਨੂੰ ਸਾਹ ਚੜਦਾ ਨਹੀਂ ਹੋ ਸਾਹ ਲੈ ਲਓ ਕੋਈ ਨਹੀਂ ਸਾਹ ਲੈ ਲਾ ਇਹਨੂੰ ਬੰਦ ਕਰ ਲਾ ਦੋ ਮਿੰਟ ਇਹ ਸੁਣਾਉਣਾ ਜਿੰਨਾ ਕੋ ਤੇਰਾ ਮਰਜ਼ੀ ਸੁਣੀ ਚੱਲੀ ਤੇਰੀ ਫਿਲਮ ਬਣਾ ਦਿੰਦਾ ਹੱਦ ਦਾ ਗੱਲ ਆ ਬਣਾਉਣੀ ਤਾਂ ਉੱਥੇ ਦੀ ਹੋਈ ਆ ਤੁਹਾਨੂੰ ਇਹ ਪਤਾ ਲੱਗੂ ਵੀ ਅਸੀਂ ਬੈਠੇ ਹਿੰਦੁਸਤਾਨ 'ਚ ਮੈਨੂੰ ਹੁਣ ਖਤਰਾ ਨੀ ਗੁਰਿਆ ਕਿ ਮੈਨੂੰ ਖਤਰਾ ਸੀ ਵੀ ਸ਼ਾਇਦ ਮੈਨੂੰ ਹਿੰਦੁਸਤਾਨ ਨੂੰ ਚੁਕਾ ਦੇਣ ਕੁਛ ਤੇਰੀ ਮਜਬੂਰੀ ਕੁਛ ਮੇਰੀ ਮਜਬੂਰੀ ਆ ਗਈ ਛੰਨੇ ਵਿੱਚ ਚੂਰੀ ਤਕਦੀਰ ਬਣ ਕੇ ਕੀ ਖੱਟਿਆ ਮੈਂ ਰਾਂਝਾ ਤੇਰੀ ਹੀਰ ਬਣ ਕੇ ਨਾ ਮੈਂ ਮਾਪਿਆਂ ਦੀ ਹੋਈ ਨਾ ਮੈਂ ਸਹੁਰਿਆਂ ਦੀ ਰਹੀ ਨਾ ਮਾਪਿਆਂ ਦੀ ਹੋਈ ਜਿੰਨਾ ਵਿਹਲੇ ਵਿੱਚ ਹੱਸੀ ਉਹਨਾਂ ਡੋਲੀ ਵਿੱਚ ਰੋਈ ਜੇ ਰਾਂਝਾ ਮਿਲਿਆ ਤਾਂ ਫਕੀਰ ਬਣ ਕੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਚਿੱਟੇ ਸੂਟ 'ਤੇ ਦਾਗ ਪੈ ਗਿਆ ਤੇਰੀ ਗਲੀ ਵਿੱਚ ਯਾਰਾ ਚਿੱਟੇ ਸੂਟ 'ਤੇ ਦਾਗ ਪੈ ਗਿਆ ਤੇਰੀ ਗਲੀ ਵਿੱਚ ਯਾਰਾ ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਈ ਦਿਲਦਾਰਾ ਅੱਧੀ ਰਾਤ ਦਰ ਖੜਕਾ ਕੇ ਮੈਂ ਮੁੜ ਗਈ ਤੂੰ ਸੌਂ ਗਿਆ ਗੂੜੀ ਨੀਂਦਰ ਲਾ ਕੇ ਸਾਨੂੰ ਲਾਰਾ ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਈ ਦਿਲਦਾਰਾ ਇੰਨਾ ਤਾਂ ਫਿਰ ਭੇਜਣਾ ਪੈਂਦਾ ਕੈਸੀ ਗੱਲ ਠੀਕ ਵੈਸੇ ਰਾਜੀ ਹੋ ਮੈਂ ਰਾਜੀ ਦੁਨੀਆਂ ਰਾਜੀ ਕਰਦੀ ਹੁਣ ਗੱਲ ਇਹ ਆ ਵੀ ਦੂਸਰਾ ਆ ਗਿਆ ਗਾਣਾ ਇੱਕ ਪੋ ਮਾਘ ਦੀਆਂ ਰਾਤਾਂ ਜੇਠ ਹਾੜ ਦੇ ਦੁਪਹਿਰੇ ਜੱਟ ਦੀ ਗੱਲ ਆਉਣੀ ਹੁਣ ਪੋ ਮਾਘ ਦੀਆਂ ਰਾਤਾਂ ਪੁੱਛੜ ਬਹਿ ਕੇ ਦਾੜੀ ਨਾ ਮੁੰਨਣ ਲੱਗ ਪਿਆ ਨਹੀਂ ਨਹੀਂ ਦਲੇਰੀ ਦੀ ਗੱਲ ਕਰਨੀ ਜਾਣਾ ਐਵੇਂ ਤਾਂ ਨਹੀਂ ਪੋ ਮਾਘ ਦੀਆਂ ਰਾਤਾਂ ਹਾੜ ਜੇਠ ਦੇ ਦੁਪਹਿਰੇ ਲੇਖੇ ਲਾ ਗਿਆ ਜੱਟਾਂ ਦਾ ਪੁੱਤ ਤੇਰੇ ਨਹੀਂ ਛੱਡ ਕੇ ਚਵਾਰਾ ਜੱਟ ਦਾ ਜਾਣ ਲੱਗ ਪਈ ਸਾਧ ਦੇ ਡੇਰੇ ਬਾਬਾ ਪੂਰਾ ਰੌਣਕੀ ਹੈ ਜੀ ਉਹ ਕਹਿੰਦਾ ਵੀ ਉਹ ਕਹਿੰਦੀ 16 ਸਾਲ ਦੀ ਜਵਾਨੀ ਦੁੱਧ ਮੱਖਣਾ ਨਾ ਪਾਲੀ ਪੱਲੇ ਹੱਸ ਕੇ ਜੱਟੀ ਨੇ ਤੇਰੇ ਪਾਈ ਵੀ ਘਰ ਆਈ ਝਿੜਕ ਦਿੱਤੀ ਅੱਖਾਂ ਪੂੰਝਦੀ ਚਵਾਰੇ ਵਿੱਚ ਆਈ ਕਹਿੰਦਾ ਗੱਲ ਬੀਤੀ ਜੇ ਤੈਨੂੰ ਕੁਝ ਕਹਿ ਗਿਆ ਨੀ ਮੇਰੀਏ ਹਾਨਣੇ ਕੱਲ ਬੀਤੀ ਚ ਤੈਨੂੰ ਕੁਝ ਕਹਿ ਗਿਆ ਦੇ ਕੇ ਅੱਖਾਂ 'ਚ ਘਸੁੰਨ ਰੋਣ ਬਹਿ ਗਿਆ ਦੇਖ ਸੱਖਣਾ ਚਵਾਰਾ ਤਾਂ ਮਾਰਦਾ ਵਿਚਾਰਾ ਹੁਣ ਬਸ ਨਾ ਰਿਹਾ ਨੀ ਮੇਰੇ ਛੱਡ ਕੇ ਚਵਾਰਾ ਜੱਟ ਦਾ ਜਾਣ ਲੱਗ ਪਈ ਸਾ ਦੇ ਡੇਰੇ ਕਹਿੰਦੀ ਆਉਂਦੀ ਮੱਥੇ ਦੇ ਦਰੇਲੀ ਤੇਰੀ ਕੂਰ ਤੋਂ ਮੇਰਿਆ ਹਾਣੀਆਂ ਆਉਂਦੀ ਮੱਥੇ ਦੇ ਦਰੇਲੀ ਤੇਰੀ ਕੂਰ ਤੋਂ ਜਿੰਦ ਕੱਢ ਲੈਂਦਾ ਜੱਟੀ ਦੀ ਕਸੂਰ ਤੋਂ ਬੇ ਮਾਰੀ ਬੱਖੀ ਵਿੱਚ ਲੱਤ ਤੈਨੂੰ ਮਿਲਿਆ ਕੀ ਦੱਸ ਬੀਣੀ ਮੋੜ ਕੇ ਤੂੰ ਤਾਨੂੰ ਚੜਾਈ ਬੇ ਘਰ ਆਈ ਝਿੜਕ ਦਿੱਤੀ ਅੱਖਾਂ ਪੂੰਝਦੀ ਚਵਾਰੇ ਵਿੱਚੋਂ ਆਈ ਘਰ ਹੀ ਝਿੜਕ ਦਿੱਤੀ ਕੱਲ ਮੋੜ ਦੇ ਬੁਲਾਈ ਕੀਤੀ ਗੱਲ ਨਾ ਨੀ ਮੇਰੀਏ ਹਾਨਣੇ ਕੱਲ ਮੋੜ ਦੇ ਬੁਲਾਈ ਕੀਤੀ ਗੱਲ ਨਾ ਹੁੰਦਾ ਜੱਟ ਤੋਂ ਵਿਛੋੜਾ ਤੇਰਾ ਚੱਲਣਾ ਦੇਖ ਸੱਖਣਾ ਚਵਾਰਾ ਤਾਂ ਮਾਰਦਾ ਵਿਚਾਰਾ ਪੱਲੇ ਕੱਖ ਨਾ ਰਿਹਾ ਨੀ ਹੁਣ ਮੇਰੇ ਛੱਡ ਕੇ ਚਵਾਰਾ ਗੱਟਦਾ ਜਾਣ ਲੱਗ ਪਈ ਸਾ ਦੇ ਡੇਰੇ ਕਹਿੰਦੀ ਸਾਰਾ ਪਿੰਡ ਨੱਥੋ ਹੇੜੀ ਕਰੇ ਚਰਚਾ ਬਥੇਰੀ ਤਾਈਓ ਫਿਰਦੀ ਜੱਟੀ ਕਮਲਾਈ ਵੇ ਘਰ ਆਈ ਝਿੜਕ ਦਿੱਤੀ ਅੱਖਾਂ ਪੂੰਝਦੀ ਚਵਾਰੇ ਵਿੱਚੋਂ ਆਈ ਵੇ ਘਰ ਆਈ ਝਿੜਕ ਦਿੱਤੀ ਬੰਦ ਗੱਲ ਆ ਸਾਲ ਲੜਦੇ ਪ੍ਰੋਗਰਾਮ ਸੁਣਦਾ ਮੈਂ ਰਾਤ ਨੂੰ ਅੱਜ ਮੈਂ ਰਾਤ ਨੂੰ ਅੱਜ ਆਵਾਂ ਅੱਜ ਆਉਣਾ ਰਾਤ ਨੂੰ 9:30 ਆ ਸੂਰਤਗੜੋਂ ਆਹ ਪੰਜਾਬੀ ਪ੍ਰੋਗਰਾਮ ਜਿਹੜੇ ਮੈਂ ਗਾਣੇ ਗਾਉਣਾ ਇਹ ਸਿਰਫ ਠੋਸ ਪੰਜਾਬੀ ਆਉਂਦੇ ਆ
ਅਸਾਂ ਉਹਨਾਂ 'ਚ ਫਿਰ ਕੋਈ ਨਾ ਕੋਈ ਪਿਛਲਾ ਜਿਹੜਾ ਯਾਦ ਹੁੰਦਾ ਉਹਦੇ ਟੱਪਾ ਜਿਹੜਾ ਰਹਿ ਜਾਂਦਾ ਉਹ ਨਾਲ ਲਾ ਲਈਦਾ ਟਾਂਕਾ ਲਾਈਦਾ ਨਾਲ ਦੀ ਨਾਲ ਨਾਲ ਟਾਂਕਾ ਲਾਈ ਰੱਖੀਦਾ ਬਸ ਜਾਣੀ ਆਪਦਾ ਮੇਰਾ ਰਾਂਝਾ ਰਾਜੀ ਰੇਡੀਓ ਕਰਦਾ ਟੀ ਵੀ ਮੈਂ ਨਹੀਂ ਕਦੇ ਦੇਖਿਆ ਨਾ ਹੀ ਮੇਰੀਆਂ ਅੱਖਾਂ ਕੰਮ ਕਰਦੀਆਂ ਨਿਗਾਹ ਬਹੁਤ ਥੋੜ੍ਹੀ ਹੈ ਹੁਣ ਤੁਹਾਡੇ ਚਿਹਰੇ ਮੈਨੂੰ ਪੂਰੇ ਦਿਸ ਨਹੀਂ ਰਹੇ ਇੰਨੀ ਨਿਗਾਹ ਬਹੁਤ ਕਮਜ਼ੋਰ ਆ ਇੱਦਾਂ ਵੀ ਕੋਈ ਗੱਲ ਆ ਇਹਦੇ 'ਚ ਬਲਕਿ ਸ਼ਾਨ ਨਾਲ ਕੁਛ ਸਾਫ਼ ਦਿੰਦੇ ਆ ਹਾਂਜੀ ਅੱਛਾ ਬਾਬਾ ਜੀ ਫਿਰ ਤੀਸਰਾ ਗੇੜਾ ਤੁਸੀਂ 10 ਸਾਲ ਬਾਅਦ ਲਾਇਆ 1991 ਤੋਂ ਬਾਅਦ 2001 ਦੇ ਵਿੱਚ ਹਾਂ ਅੱਛਾ ਉਹਦੇ ਵਿੱਚ ਫਿਰ ਤੁਹਾਨੂੰ ਕੋਈ ਪੁਰਾਣੇ ਵੇਲੀ ਟੱਕਰੇ ਸੀ ਕਿ ਜਾ ਕੇ ਨਵੇਂ ਫਿਰ ਬਣਾਏ ਨਹੀਂ ਸਾਰੇ ਪੁਰਾਣੇ ਸੀ ਕਿਉਂ ਹੋਰ ਤਾਂ ਕਿਸੇ ਕੋਲ ਜਾਣਾ ਹੀ ਨਹੀਂ ਸੀ ਉਹ ਆਪਣੇ ਹੀ ਜੀ ਹੈ ਜਿਹਨਾਂ ਕੋਲ ਮੁੜ ਮੁੜ ਗਏ ਹਾਂ ਅਤੇ ਬਸ ਉਹਦੇ 'ਚ ਇਹ ਹੋਇਆ ਵੀ ਉਹ ਦੂਸਰੀ ਵਾਰੀ ਗਿਆ ਨਾ ਅਤੇ 15 ਦਿਨਾਂ ਦਾ ਮੈਨੂੰ ਵੀਜ਼ਾ ਮਿਲਿਆ ਸਾਰਾ ਅੱਛਾ ਉਹ ਵੀ ਦਿੱਲੀ ਦਾ ਦਿੱਲੀ ਚਲੇ ਗਏ ਉਹ ਆ ਗਏ ਮੈਨੂੰ ਲੈਣ ਤਾਲਾ ਤੁਲਾ ਮਾਰ ਕੇ ਜਿੱਦਾਂ ਵੀ ਕਹਿ ਪੀ ਐਮ ਐਨ ਦਾ ਇਲੈਕਸ਼ਨ ਲੜਦੇ ਆ ਭਾਣਜੇ ਮੇਰੇ ਦੋਹਤੇ ਅਤੇ ਉਹ ਭਾਈ ਉਹਨਾਂ ਦਾ ਕੋਈ ਪੁੱਛ ਸਿਫਾਰਿਸ਼ ਪਾ ਕੇ ਮੈਨੂੰ ਲੈ ਗਏ ਅੱਗੋਂ ਜਨਾਬ ਉਹਨਾਂ ਫੋਨ ਕਰਤਾ ਸਾਰੇ ਖਾਨਦਾਨ ਨੂੰ ਵੀ ਮਾਮੇ ਨੇ ਸਿਰ ਸਵੇਰੇ ਚਲੇ ਜਾਣਾ ਉਹ ਬੱਚੀ ਨੇ ਵੀ ਦਿਨ ਤਾਂ ਸਾਰੇ 8-7 ਲੱਗ ਗਏ ਦਿੱਲੀ ਅਤੇ ਪਿੱਛੇ 8-7 ਦਿਨ ਇਹਨੇ ਚਲੇ ਜਾਣਾ ਅਤੇ ਤੁਸੀਂ ਸਾਰੇ ਜੀ ਇੱਥੇ ਆ ਕੇ ਮਿਲ ਜਾਓ 5 ਦੇਗਾਂ ਲਾਈਆਂ ਚੌਰੀ ਸਿਰ ਬਰਾਦਰੀ ਸੱਦੀ ਜਿਹੜੀ ਮਿਲਣ ਵਾਲੀ ਦੋਹਤੇ ਭਾਣਜੇ ਅਤੇ ਜਦੋਂ ਲਾਈਆਂ ਨੇ ਤਾਂ ਮੇਰਾ ਇੱਕ ਬਣੋਈ ਦਾ ਭਾਈ ਸੀਗਾ ਜਿਹਦਾ ਮੈਂ ਕਰਮ ਦੀ ਨਾਂ ਲੈ ਕੇ ਹਟਿਆ ਉਹ ਉਸ ਵਕਤ ਉੱਥੇ ਸੀਗਾ ਆਪਣਾ ਆਹ ਸਰਪੰਚ ਪੈਂਚ ਪੈਂਚ ਕਹਿੰਦੇ ਆ ਚੇਅਰਮੈਨ ਨੂੰ ਸਰਪੰਚ ਕਹਿੰਦੇ ਆ ਮੈਂਬਰ ਨੂੰ ਉਹ ਪੈਂਚ ਪੈਂਚ ਸੀ ਉਹਨਾਂ ਦੇ ਉੱਤੇ ਉਹ ਆਇਆ ਕਹਿੰਦਾ ਕੀ ਗੱਲ ਆ ਕੁੜੀਆ ਤੁਸੀਂ ਘਰੋਂ ਨਹੀਂ ਹੋ ਅਖੇ ਮਾਮੇ ਨੇ ਤਾਂ ਰਹਿਣਾ ਨਹੀਂ ਦਿੰਦੇ ਨੇ ਚਲੇ ਜਾਣਾ ਹੁਣ ਕੀ ਕਰੀਏ ਉਹਨੇ ਕਿਹਾ ਸਦਾਣਾ ਨਾ ਖਾਓ ਪੀਓ ਅਤੇ ਆਰਾਮ ਕਰੋ ਤੁਹਾਨੂੰ ਘਰ ਆ ਕੇ ਮਿਲ ਕੇ ਆਊਗਾ ਦਿਨ ਮੈਂ ਸਵੇਰੇ ਵਧਾ ਲੈਣਾ ਇਹਦੇ ਉਹਨੇ ਭਾਈ ਸਵੇਰੇ ਗੱਡੀ ਲਿਆਂਦੀ ਵਿੱਚ ਬਾਲਿਆ ਸੰਗਰੂਰ ਲੈ ਗਿਆ 1 ਮਹੀਨੇ ਦੇ ਦਿਨ ਵਧਾ ਲਿਆ ਪਤਾ ਨਹੀਂ ਕਿੱਦਾਂ ਵਧਾ ਲਿਆ ਮਹੀਨਾ ਰਹੇ ਮਹੀਨੇ ਤੋਂ ਬਾਅਦ ਫਿਰ ਜਨਾਬ ਇੱਕ ਬੁੜਾ ਮਰ ਗਿਆ ਉਹਦਾ ਕੁੜਮ ਉਹਦਾ ਸਰਟੀਫਿਕੇਟ ਕਢਾ ਕੇ ਅਤੇ ਉਹ ਲਾਤਾ ਜੀ ਸਾਡੇ ਮਜ਼ਹਬ ਦੇ ਮੁਤਾਬਕ ਬੰਦਾ ਸਾਡਾ ਆਇਆ ਉਧਰੋਂ ਅਸੀਂ ਮਤਲਬ ਨੇ ਇਹਨੂੰ ਰੱਖਣਾ ਚਾਹੁੰਦੇ ਖਤਮ ਤੱਕ ਫਿਰ ਰੱਖ ਲਿਆ ਮਹੀਨਾ 2.25 ਮਹੀਨੇ ਹੋ ਗਏ 15 ਦਿਨ ਫਿਰ ਵਧਾਏ ਜਾਣੀ 3 ਮਹੀਨੇ ਪੂਰੇ ਕਰਕੇ ਦੂਜੀ ਵਾਰੀ ਵੀ ਤੀਜੀ ਵੀਰੀ ਗਏ ਤੇ ਨਹੀਂ ਵਧਿਆ ਇੱਕ ਦਿਨ ਵੀ ਗੱਲ ਇਹ ਆ ਸੁਣਿਆ ਤੁਸੀਂ ਹੁਣ ਮੇਰੀਆਂ ਗੱਲਾਂ ਤਾਂ ਲਈਆਂ ਸੁਣ ਬਿਹਤਰ ਇਹ ਆ ਵੀ ਹੁਣ ਆਪਾਂ ਹੋਰ ਜੱਟ ਦਾ ਪ੍ਰੋਗਰਾਮ ਲੈ ਲਓ ਮੈਨੂੰ ਸਕਾਓ ਨਾ ਜ਼ਿਆਦੇ ਮੇਰੇ ਮੁਰਸ਼ਦ ਭਾਈ ਤੁਹਾਨੂੰ ਸਤਾਣਾ ਨਹੀਂ ਤੁਹਾਡੇ ਤਾਂ ਅਸੀਂ ਜਿਹੜੀਆਂ ਰਿਕਾਰਡ ਗੱਲਾਂ ਕਰ ਲਈਆਂ ਤਾਂ ਸੇਵ ਕਰ ਲਈਆਂ ਇੱਕ ਆਉਣ ਵਾਲੀ ਨਸਲ ਦੇਖਿਆ ਕਰੂਗੀ ਆਉਣ ਵਾਲੀ ਨਸਲ ਦੇਖੇਗੀ ਵੀ ਬਾਬਾ ਕੀ ਚਾਹਿਆ ਬਾਬਾ ਕਿਹੜੀ ਆਈਟਮ ਸੀ ਕਿਹੜੀ ਆਈਟਮ ਸੀ ਬੰਬ ਇਹ ਗੱਲਾਂ ਕਿੱਥੇ ਲੱਭਦੀਆਂ ਹੁਣ ਬੰਦਿਆਂ ਕੋਲ ਨਹੀਂ ਹੈ ਨਹੀਂ ਨਹੀਂ ਹੈ ਬੋਲੀ ਬਾਬੇ ਕਿੱਥੇ ਲੱਭਦੇ ਆ ਨਾ ਬਹੁਤ ਮੁਸ਼ਕਲ ਆ 40-40 ਪਿੰਡ 'ਚ ਇੱਕ ਨਹੀਂ ਹੈਗਾ ਨਹੀਂ ਹੈ ਅੱਛੇ ਮਾਹੌਲ ਚ ਰਹਿੰਦਾ ਬਾਬਾ ਖਾਣ ਪੀਣ ਖੁੱਲਾ ਹਰ ਚੀਜ਼ ਆਪਣੀ ਖੁੱਲੀ ਹੋਈ ਚੱਲਦੀ ਹੋਣੀ ਨਾ ਘਰ ਚੱਲ ਹਾਂ ਹਾਂ ਬਿਲਕੁਲ ਅਸੀਂ ਚੱਲ ਚਰਖੀ ਹੈਗੀ ਚਰਖੀ ਦੇ ਬਗੈਰ ਤਾਂ ਗੁਜ਼ਾਰਾ ਨਹੀਂ ਤੰਦ ਪੈਂਦਾ ਰਹੇ ਤਾਂ ਤਾਂ ਹੀ ਗਲੋਟਾ ਬਣਦਾ ਉਹਦੇ ਤੋਟੀ ਬਣਦੀ ਹੈ ਫਿਰ ਗਾਹਾਂ ਜਾ ਕੇ ਜਿਹੜਾ ਸੂਤ ਬਣਾ ਕੇ ਕੱਪੜਾ ਬੁਣਦੇ ਆ ਹਾਂਜੀ ਐਵੇਂ ਤਾਂ ਨਹੀਂ ਨਾ ਗੱਲ ਬਣਦੀ ਸਾਥੀ ਸਾਥੀ ਆ ਪੁੱਤਰਾ ਚਾਹੇ ਉਹ ਹਲਕਾ ਚਾਹੇ ਭਾਰਾ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀ ਜੀ ਸਾਦਕ ਜੱਟ ਗਰੇਵਾਲ ਉਹਨਾਂ ਦੇ ਡੇਰੇ 'ਤੇ 492 ਚੱਕ ਦੇ ਵਿੱਚ ਹਾਂਜੀ ਇੱਥੇ ਸਾਡੀ ਮੁਲਾਕਾਤ ਸੀ ਜੀ ਬਾਬਾ ਜੀ ਸਦੀਕ ਗੁੱਜਰ ਹੋਣਾ ਨਾਲ ਜਿਹੜੇ ਲੁਧਿਆਣੇ ਸ਼ਹਿਰ ਦੇ ਵਿੱਚੋਂ ਤਹਿਸੀਲ ਜਗਰਾਵਾਂ ਔਰ ਪਿੰਡ ਗੁੱਜਰਵਾਲ ਦੇ ਵਿੱਚ ਉੱਠ ਕੇ ਆਏ ਸੀ ਇਹਨਾਂ ਦੀ ਗੁਫ਼ਤਗੂ ਤੁਸੀਂ ਸੁਣੀ ਆ ਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹਨਾਂ ਦੀ ਗੁਫ਼ਤਗੂ ਬਹੁਤ ਪਸੰਦ ਆਈ ਹੋਵੇਗੀ ਕਿ ਬਿਲਕੁਲ ਇੱਕ ਨੈਚੁਰਲ ਗੁਫ਼ਤਗੂ ਕੁਦਰਤੀ ਮਾਹੌਲ ਦੇ ਵਿੱਚ ਬਹਿ ਕੇ ਸਾਦਾ ਜਿਹੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਕੀਤੀਆਂ ਜੀ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਪਸੰਦ ਆਈਆਂ ਹੋਣਗੀਆਂ ਔਰ ਇਨਸ਼ਾਅੱਲਾ ਸਾਡੀ ਇਹੀ ਕੋਸ਼ਿਸ਼ ਹੁੰਦੀ ਕਿ ਅਸੀਂ ਆਪਣੇ ਬਜ਼ੁਰਗ ਜਿਹੜੇ ਕਿ ਸਾਡੇ ਅਸਾਸਾ ਆ ਅਸੀਂ ਇਹਨਾਂ ਨੂੰ ਤੁਹਾਡੇ ਰੂਬਰੂ ਲੈ ਕੇ ਆਈਦਾ ਆ ਔਰ ਤੁਹਾਡੀ ਮੁਲਾਕਾਤ ਕਰਾਈ ਦੀ ਆ ਔਰ ਇਨਸ਼ਾਅੱਲਾ ਇਸੇ ਤਰ੍ਹਾਂ ਹੀ ਕਰਾਉਂਦੇ ਰਹਾਂਗੇ ਜੀ ਰੱਬ ਰਾਖਾ ਜੀ